ਚੱਲ ਚਾਹ ਬਣਾ ਲਈ ਭਾਬੀ। ਲੱਕੜੇ ਤੂੰ ਮੈਨੂੰ ਐ ਤਾਂ ਦੱਸ ਦਿੰਦੀ ਬੂਜੀ ਵੀ ਇਹ ਮਾਸਟਰ ਨਹੀਂ ਆ, ਹੈ ਲੈ ਗੁੱਸਾ ਕਰਦੀ ਭਲਾ। ਨਹੀਂ ਗੁੱਸੇ ਦੀ ਤਾਂ ਹੋਰ ਗੱਲ ਕਰ ਤੂੰ, ਉਹ ਆਪ ਹੀ ਆ ਜਾਂਦੀ, ਉਹਨੂੰ ਆਪ ਹੀ ਮੱਤ ਆਉਣੀ ਚਾਹੀਦੀ ਸੀ। ਮਾਸੀ ਆਈਏ, ਮੈਂ ਮਾਸੀ ਕੋਲ ਜਾਵਾਂ, ਮੈਂ ਤੈਨੂੰ ਕੀ ਦੱਸਦੀ ਹੁਣ। ਉਹ ਸੁੱਤੀ ਪਈ ਸੀ, ਉਹਨੂੰ ਕੀ ਪਤਾ, ਸੁੱਤੀ ਤਾਂ ਪਈ ਸੀ। ਸੁਣਾ ਸੀ ਜੇ ਮੈਂ ਹੁਣ ਉਹਨੂੰ ਖਾ ਲੈਂਦੀ ਫਿਰ ਉਹ ਪਲੇਸ ਕਰਦੀ, ਕਹੂਗੀ ਮੇਰੀ ਨੀਂਦ ਖਰਾਬ ਹੁੰਦੀ ਤਾਂ ਭੱਜ ਕੇ ਪੈਂਦੀ ਆ, ਮੈਂ ਤਾਂ ਹੀ ਨਹੀਂ ਉਹਨੂੰ ਸੱਦਿਆ। ਵਿਆਹ ਲੈਣੀ ਕਿੱਥੇ ਕਦੀ, ਜੇ ਮੇਰੀ ਭੈਣ ਹੁੰਦੀ ਆਏ ਵਿਆਹ ਕੇ ਲਿਆਉਂਦੀ। ਮੇਰੇ ਭਰਾ ਨੇ ਨਾ ਸਰਕਾਰੀ ਨੌਕਰੀ ਦੇਖ ਲਈ, ਮੈਨੂੰ ਕੀ ਪਤਾ ਸੀਗਾ ਵਿੱਚ ਬੜਾ ਹੁੰਦਾ ਕੋਈ। ਭੈਣ ਭਾਈ ਨੂੰ ਪੁੱਛਦੇ ਮੱਤ ਲੈਂਦੇ ਮੱਤ, ਹੁਣ ਕੀ ਤਾਂ ਲੈਣੇ, ਜਾਂਦਾ ਨੀ ਕਿਸੇ ਨਾਲ, ਵਰਤ ਲੈਣੀ ਵਾਪਸ ਆਣੀ ਇਹ ਮੱਤ ਨੀ ਦੇਖ ਕੇ ਮੱਤ ਮਾਰੀ ਗਈ ਤੁਹਾਡੀ। ਉਹ 20,000 ਦਾ ਲਾਲਚ ਕਰ ਲਿਆ, 20,000 ਦਾ ਅੱਜ ਮੈਂ ਤਾਂ ਹੁਣ ਬਾਕੀ ਮਾਸੀ ਆਏ ਆ, ਇਹਦੀ 22 ਦੀ ਉਮਰ ਲੰਘੀ ਜਾਂਦੀ ਸੀ, 35-40 ਸਾਲ ਦਾ ਤਾਂ ਹੋਇਆ ਪਿਆ ਸੀ, ਕਿਹਨੇ ਰਿਸ਼ਤਾ ਕਰਨਾ ਸੀ ਇਹਨੂੰ, ਤਾਂ ਹੀ ਅਸੀਂ ਲੈ ਲਿਆ। ਬਥੇਰਾ ਹੋ ਜਾਂਦਾ, ਤਾਂ ਗਿੱਠ ਕਦੀ ਤਾਂ ਕੀ ਕਰਾਉਣਾ ਸੀ ਤੁਸੀਂ, ਹੁਣ ਸਾਨੂੰ ਕੀ ਪਤਾ ਸੀ। ਨਾ ਇਹ ਨਹੀਂ ਕਿਸੇ ਕੰਮ ਦੀ, ਬੋਲਦੀ ਹੈ ਲੜਦੀ ਹੈ ਤੁਹਾਡੇ ਨਾਲ ਸਾਰੇ ਟੱਬਰ, ਹੋਰ ਹੁਣ ਬੋਲਦੀ ਤਾਂ ਹੈਗੀ ਤੇਰੇ ਸਾਹਮਣੇ, ਦੇਖ ਲੈ ਹੁਣ ਮਿੱਠੀ ਮੇਵਣੀ ਬਣਦੀ ਸੀ ਆਪਦਿਆਂ ਨੇ। ਕਿੱਥੇ ਗੁਰਲਾਲ ਨੂੰ ਰੋਟੀ ਦਿੰਦੀ ਹੋ ਇਹ, ਗੁਰਲਾਲ ਨੂੰ ਬਾਈ ਨੂੰ ਕਿਹੜੇ ਰੋਟੀ ਦਿੰਦੀ ਹੈ, ਤਾਂ ਇਹ ਤਾਂ ਮਗਰ ਪੈ ਜਾਂਦੀ ਆ। ਕਿਸੇ ਆਂਢ ਗੁਆਂਢ ਨਾਲ ਨੀ ਵਰਤਦੀ ਹੋਣੀ? ਨਾ ਨਾ ਵਰਤਦੀ ਨੀ, ਜਿਹੜਾ ਸਕੀ ਨਾਲ ਨੀ ਵਰਤਦੀ ਇਹ, ਹੋਰ ਕਿਸੇ ਨਾਲ ਕੀ ਵਰਤੂਗੀ। ਮੈਂ ਉਹ ਦੇਖ ਲਾ ਮਾਸੀ, ਬਾਈ ਆ ਗਿਆ, ਚਲ ਉਹਦੇ ਨਾਲ ਹੁਣ ਆਪਾਂ ਗੱਲਾਂ ਬਾਤਾਂ ਕਰਾਂਗੇ। ਹਾਂ ਤੂੰ ਪੈ ਜਾ ਫਿਰ, ਮੈਂ ਦੇਖ ਲਈ ਉਹਨੇ ਪੜਨੀ ਆ ਜਾਂ ਤੂੰ ਵਿਚਾਰੀ ਗੁੱਸਾ ਕਰ ਜਾਂਦੀ ਫਿਰ, ਉਸ ਨਹੀਂ ਕਰਦੀ ਤੂੰ ਐਵੇਂ ਨਾ ਦਿਮਾਗ ਤੇ ਲਾ। ਚੰਗਾ ਹਾਂ ਬਸ ਮੈਂ ਕੋਈ ਨਹੀਂ, ਤੂੰ ਪੈ ਜਾ ਤੇ ਬਾਈ ਆ ਗਿਆ, ਬਾਈ ਨਾਲ ਗੱਲਾਂ ਕਰਾਂਗੇ ਫਿਰ ਆਪਾਂ, 2 ਮਿੰਟ ਆਰਾਮ ਕਰ ਲਾ, ਮੈਂ ਵੇਖ ਲਾ ਉਹਨੂੰ ਚਾਹ ਬਣਾਈਏ ਕਿ ਨਾ ਬਣਾਈਏ। ਤੇ ਦੇਖਿਆ ਕਿਹੜੀ ਚਾਹ ਬਣਾਉਣ ਵਾਲੀ ਆ, ਉਹ ਚਾਹ ਵਾਲੀ ਕਿਹੜੀ ਆ, ਹੁਣ ਤਾਂ ਮਾਸਟਰੀ ਨੂੰ ਕਹੀਏ। ਗਗਨ ਭੈਣ ਮਾਸਟਰ ਨੀ, ਉਹ ਪਾਣੀ ਪੁਣੀ ਲਿਓ, ਮਾਸੀ ਆਈ ਬੈਠੀ ਹੈ। ਆ ਗਿਆ ਪੁੱਤ, ਹਾਂ ਮੱਥਾ ਟੇਕਦਾ ਮਾਸੀ, ਆਉਂਦਾ ਰਹਿ ਪੁੱਤ ਤੇਰੀ ਵੱਡੀ ਸਾਰੀ ਉਮਰ ਹੋਵੇ। ਹੋਰ ਦੱਸ, ਆਪਣੇ ਸਾਰਾ ਪਰਿਵਾਰ ਠੀਕ ਸੀ, ਮੇਰਾ ਮਾਸਟਰ ਠੀਕ ਸੀਗਾ? ਹਾਂ ਪੁੱਤ ਸਾਰੇ ਠੀਕ ਠਾਕ ਆ, ਤੂੰ ਦੱਸ ਠੀਕ ਰਹਿਣਾ? ਹਾਂ ਮੈਂ ਤਾਂ ਠੀਕ ਹਾਂ। ਅਸੀਂ ਮਾਸੀ ਤੁਸੀਂ ਤਾਂ ਸਾਰਾ ਕੰਮ ਕਰ ਲਿਆ, ਤਾਂ ਤੂੜੀ ਢੋਈ ਜਾਂਦੇ ਆ ਹਜੇ। ਦੱਸ ਚੱਲ ਪੁੱਤ, ਕੰਮ ਤਾਂ ਕਰਨਾ ਹੀ ਆਪਦੇ ਘਰ ਮੈਂ। ਹਾਂ ਉਹ ਤਾਂ ਠੀਕ ਹੈ, ਤੇ ਮਾਸੀ ਕਦੋਂ ਕਾਈ ਸੀਗੀ ਤੂੰ? ਬਾਦ ਪੁੱਤ ਧੁੱਪੇ ਧੁੱਪੇ ਮਸਾਂ ਆਈ ਆ, ਨਾ ਤੂੰ ਕੋਈ ਲੈ ਕੇ ਆਇਆ ਮੈਨੂੰ, ਅੱਡੇ ਤੇ ਟਰੈਟ ਘਰੇ ਆ, ਸਕੂਟਰ ਘਰੇ ਆ, ਗੱਡੀ ਘਰੇ ਆ। ਮਾਸੀ ਮੈਂ ਤੈਨੂੰ ਕੀ ਦੱਸਾਂ ਹੁਣ, ਹਨਾ ਕੰਮ ਤਾਂ ਮੈਂ ਇਕੱਲਾ ਬੰਦਾ ਗਾ, ਤੂੰ ਤਾਂ ਮੈਨੂੰ ਗਗਨ ਨੇ ਦੱਸਤਾ ਸੀ ਆਪਣੀ ਮਾਸੀ ਆਊ, ਨਹੀਂ ਤਾਂ ਮੈਂ ਤੈਨੂੰ ਗੱਡੀ ਕਿਹੜੀ ਸੀ, ਗੱਡੀ ਦੇ ਚੜਾ ਲੈਣਾ, ਕੀ ਗੱਲ ਸੀਗੀ? ਅੱਛਾ ਪੁੱਤ, ਤੇ ਤੈਨੂੰ ਚਾਹ ਪਾਣੀ ਤੂੰ ਪੀ ਲਿਆ? ਨਾ ਪੁੱਤ ਕਿੱਥੇ ਲਿਆਂਦੇ ਨੀ ਹਜੇ ਕਰਕੇ। ਤੇ ਮਾਸਟਰ ਦੀ ਆ ਗਈ? ਮਾਸਟਰ ਨੀ ਤਾਂ ਆਈ ਨੀ ਪਈ ਅੰਦਰ, ਨਾ ਗਗਨ ਆਈ ਚਾਹ ਲੈ ਕੇ। ਗਗਨ ਨੇ ਚਾਹ ਲੈ ਕੇ ਆਈ? ਹੋਰ ਗਗਨ ਦੱਸ, ਗਗਨ ਭੈਣ ਮਾਸੀ ਮੈਂ ਤਾਂ ਉਹੀ ਤਾਂ ਤੈਨੂੰ ਦੱਸਦਾ, ਮੈਂ ਤਾਂ ਇਹਦਾ ਪਾਣੀ ਲੈਣ ਆਇਆ ਸੀਗਾ, ਨਾਲੇ ਤੂੜੀ ਵਾਲੇ ਬੰਦੇ ਵਾਸਤੇ ਚਾਹ ਬਣਵਾ, ਮੈਂ ਚਾਹ ਬਣਵਾ ਕੇ ਲੈ ਜਾਊਂਗਾ। ਤੇ ਆਪਣੇ ਤਾਂ ਸਾਰਾ ਕੰਮ ਧੰਦਾ ਨਿਬੜ ਗਿਆ? ਹਾਂ ਆਪਣੇ ਦਾ ਪੁੱਤ ਨਿਬੜ ਗਿਆ, ਤੇ ਤੂੰ ਦੱਸ ਹੁਣ ਵੀ ਵਧੀਆ ਆਪਦਾ ਤੂੜੀ ਤਾੜੀ ਦਾ ਰਹਿ ਗਿਆ? ਹਾਂ ਤੂੜੀ ਤੈਨੂੰ ਤਾਂ ਰਹਿ ਗਿਆ, ਚੱਲ ਸਾਡੇ ਤਾਂ ਵਧੀਆ। ਮਾਸੀ ਦੇਖ ਲੈ, ਤੂੰ ਤਾਂ ਨਾ ਮੁੜ ਕੇ ਗੇੜੇ ਨਹੀਂ ਮਾਰਿਆ, ਜਿਵੇਂ ਮੇਰੀ ਮਾਂ ਮਰੀ ਹੈ, ਤੂੰ ਐਡਾ ਮਾੜਾ ਮੋਟਾ ਸੋਚ ਲੈਂਦੀ? ਤੁਸੀਂ ਪੁੱਤ ਮੈਨੂੰ ਨਾ ਤਾਂ ਵਿਆਹ ਸੱਦਿਆ, ਫੇਰ ਹੀ ਨਾਲ ਮਾਸੀ ਤੈਨੂੰ ਕੀ ਅਸੀਂ ਵਿਆਹ ਸੱਦਗੇ, ਉਹ ਤੈਨੂੰ ਪਤਾ ਹੀ ਹੈ ਛੋਟਾ ਜਿਹਾ ਵਿਆਹ ਕੀਤਾ ਸੀਗਾ, ਅਸੀਂ ਕਿਹੜਾ ਬਾਹਲਾ ਇਕੱਠ ਕੀਤਾ ਹੈਗਾ। ਤੂੰ ਤਾਂ ਮਾਸਟਰ ਨੇ ਤਾਂ ਡਿੱਮ ਗਿਆ ਗਿੱਠਕ ਦੀ ਵਿਆਹ ਲਿਆਂਦੀ। ਮਾਸੀ ਤੂੰ ਤਾਂ ਗਿੱਠਕ ਦੀ ਕਹੀ ਜਾਨੀ ਹੈ, ਉਹ ਮੇਰਾ 40 ਸਾਲਾਂ ਦਾ ਹੋਇਆ ਪਿਆ ਸੀਗਾ, ਮੈਨੂੰ ਰਿਸ਼ਤਾ ਕੌਣ ਕਰਦਾ ਸੀ? ਸ਼ੁਕਰ ਮਨਾ ਤੂੰ ਰੱਬ ਦਾ, ਮੈਨੂੰ ਇਹਨਾਂ ਨੇ ਕਰਤਾ ਦਿੱਤਾ, ਨਾਲੇ 35-40 ਹਜ਼ਾਰ ਰੁਪਇਆ ਲੈਂਦੀ ਹੈ ਤਾਂ ਮਾਸੀ ਹੈ। ਤੈਨੂੰ ਕੀ ਕੁਛ ਆਉਂਦਾ ਨਹੀਂ ਸੀ, ਜ਼ਮੀਨ ਤੇਰੇ ਕੋਲ, ਜਾਇਦਾਦ ਤਾਂ ਘਰ ਬਾਹਰ ਤੇਰੇ ਕੋਲੇ। ਮਾਸੀ ਤੂੰ ਹੁਣ ਤਾਂ ਇਹ ਆ ਕੇ ਕਹੀ ਜਾਨੀ ਹੈ, ਤੇ ਪਹਿਲਾਂ ਤੂੰ ਮੈਨੂੰ ਕਿਤੋਂ ਰਿਸ਼ਤਾ ਕਰਾਇਆ? ਤੇਰੀ ਮੇਰੇ ਨਾਲ ਵਰਤਦਾ ਹੁੰਦਾ, ਮੇਰੀਆਂ ਨੂੰਹਾਂ ਤੈਨੂੰ ਰਿਸ਼ਤਾ ਕਰਾ ਦਿੰਦੀਆਂ। ਮਾਸੀ ਸਾਰੇ ਤੂੰ ਕਸੂਰ ਮੇਰੀ ਕੱਢੀ ਜਾਨੀ ਹੈ,
ਵਰਤ ਲੋ ਤੂੰ ਹਟੀ ਸਾਡੇ ਨੂੰ, ਅਸੀਂ ਨੀ ਵਰਤਣ ਹਟੇ ਸੀਗੇ ਤੇਰੇ ਨਾਲ। ਮੈਂ ਕਹਦੇ ਨਾ ਹਟ ਗਈ, ਤੇਰੀ ਮਾਂ ਮਰ ਗਈ ਤੁਸੀਂ ਸਭ ਨਾ। ਫਿਰ ਮੇਰੀ ਮਾਂ ਤੇਰੀ ਭੈਣ ਸੀਗੀ ਉਹ, ਤੇ ਮੁੜ ਕੇ ਫਿਰ ਤੂੰ ਸਾਡੇ ਕੋਲ ਆਉਣੇ ਵੀ ਸੀ ਬਿਨਾਂ ਤਾਂ ਰੌਣਕੀ ਨੀ ਘਰ ਚ। ਮਾਸੀ ਰੌਣਕ ਤਾਂ ਨਹੀਂ, ਮੇਰੇ ਮਾਮੇ ਨੇ ਮੇਰੀ ਕਿੰਨੀ ਮਦਦ ਕੀਤੀ, ਆ ਸ਼ਰੀਕ ਦੇਖ ਲੈ ਜ਼ਮੀਨ ਨੀ ਛੱਡਦੇ ਸੀ, ਉਹਨੇ ਜ਼ਮੀਨ ਛੱਡਾ ਕੇ ਦਿੱਤੀ, ਤੇ ਤੂੰ ਤਾਂ ਜਦੋਂ ਸਾਡੇ ਕੋਲ ਗੇੜਾ ਵੀ ਨੀ ਮਾਰਿਆ। ਗੇੜ ਬਥੇਰਾ ਆਉਂਦੀ ਹੈ ਪੁੱਤ, ਮੱਕੇ ਲੈ ਕੇ ਹੈ ਦੋਨਾਂ ਥੱਲੇ ਫੜ ਫੜ ਖਾਂਦਾ, ਤੂੰ ਕੀ ਕਰ ਕਦਰ ਹੀ ਨੀ ਕਰੀ ਕੇਲੇ ਨਾ। ਅੱਜ ਕੇਲੇ ਲੈ ਕੇ ਆਏ ਅੱਜ ਮੈਂ ਭੁੱਲ ਆਈ ਵੇ ਪੁੱਤ। ਮਾਸੀ ਅੱਜ ਤਾਂ ਤੂੰ ਕੇਲੇ ਲਿਆਈ ਰਹੀ ਉਹਨੂੰ, ਆਏ ਕਿਹੜੇ ਤੂੰ ਪਹਿਲਾਂ ਕੇਲੇ ਖਵਾਉਂਦੀ ਹੋਗੇ, ਮੈਨੂੰ ਤਾਂ ਲੱਗਦਾ ਨੀ ਮੈਨੂੰ ਕੇਲੇ। ਤੂੰ ਭੁੱਲ ਗਿਆ ਪਹਿਲਾਂ ਵਾਲੇ ਕੇਲੇ ਦਾ ਖਾ ਖਾ, ਜੋ ਉਹਨਾਂ ਦੀ ਨੀ ਕਦਰ ਕਰੀ ਹੁਣ ਕੀ ਕਰੇਗਾ। ਲੈ ਮਾਸੀ ਤੂੰ ਤਾਂ ਮੈਨੂੰ ਮਿਹਣੇ ਦੇਣ ਲੱਗ ਗਈ ਹੈ। ਚੱਲ ਮਾਸੀ ਕੋਈ ਗੱਲ ਨੀ, ਤੇ ਤੂੰ ਚੰਗਾ ਐਵੇਂ ਆ, ਤੂੰ ਗੁੱਸਾ ਮਨ ਨਹੀਂ, ਗੁੱਸਾ ਨਹੀਂ। ਹਾਂ ਜੇ ਮਾਸੀ ਹੁਣ ਕੀ ਅਸੀਂ ਇਕੱਠ ਕਰਨਾ ਸੀਗਾ, ਕੀ ਕਰਨਾ ਸੀਗਾ, ਅਸੀਂ ਤਾਂ ਛੋਟਾ ਜਿਹਾ ਵਿਆਹ ਕੀਤਾ ਸੀਗਾ। ਮੈਂ ਤਾਂ ਸ਼ੁਕਰ ਮਨਾਉਣਾ ਇਹਦਾ, ਜਿਹਨੇ ਇਹਦੇ ਮਾਂ ਪਿਓ ਨੇ ਮੈਨੂੰ ਪਸੰਦ ਕਰ ਲਿਆ, ਮੇਰੇ ਨਾਲ ਵਿਆਹ ਕਰਾ ਲਿਆ। ਨਾਲੇ ਤੂੰ ਕੁਛ ਬੋਲੀ ਨਾ, ਇਹਦਾ ਸੁਭਾਅ ਬੜਾ ਪੜਿਆ ਹੈਗਾ ਮਾਸਟਰਨੀ ਦਾ। ਲੈ ਮੈਨੂੰ ਇਹ ਕੀ ਕਹਿ ਦੂ ਕੋਈ, ਲੈ ਤੂੰ ਤਾਂ ਹੁਣ ਉਹੀ ਗੱਲਾਂ ਕਰੀ ਜਾਂਦੀ ਹੈ ਗੁੱਸੇ ਵਾਲੀਆਂ ਗੱਲਾਂ। ਮੈਨੂੰ ਇਹਨਾਂ ਗੱਲਾਂ ਦੀ ਡਰ ਸੀਗਾ, ਮੈਂ ਮਾਸੀ ਆਊਗੀ ਤਾਂ ਹੀ ਕਿਤੇ ਇਹਦੇ ਲੜਾਈ ਨਾ ਵਿਢਲੇ। ਮੈਂ ਤਾਂ ਇਹਨੂੰ ਸਿੱਧੀ ਕਰ ਦੂੰ ਚਾਰ ਦਿਨਾਂ ਚ। ਮਾਸੀ ਤੂੰ ਇਹਨੂੰ ਸਿੱਧੀ ਕੀ ਕਰ ਦੇਗੀ, ਤੈਨੂੰ ਨਾ ਸਿੱਧੀ ਕਰ ਦੇ ਕਿਤੇ ਇਹ। ਲੈ ਮੈਂ ਨਹੀਂ ਕਰ ਦੂਗੀ, ਨਹੀਂ ਕਰ ਸਕਦੀ ਮਾਸੀ। ਐਵੇਂ ਆ ਤੂੰ ਕੁਛ ਪੁੱਠਾ ਸਿੱਧਾ ਬੋਲੀ, ਮਸਾਂ ਮੇਰੀ ਰੋਟੀ ਪੱਕਦੀ ਹੋਈ ਹੈ। ਇਹ ਤਾਂ ਨਾ ਕਹਿੰਦੀ ਸੀ ਮੈਂ ਹੁਸ਼ਿਆਰਪੁਰ ਤੋਂ ਜਲੰਧਰ ਦੀ ਬਦਲੀ ਕਰਾਉਣੀ ਹੈ, ਉਧਰ ਬਦਲੀ ਕਰਾ ਕੇ ਲੱਗ ਜੂਗੀ, ਭੈਣ ਮੇਰੀ ਆਪਦੇ ਘਰੇ ਲੱਗ ਜੂਗੀ, ਫੌਜੀ ਸਾਹਿਬ ਆਉਣ ਵਾਲੇ ਨੇ, ਤੇ ਮੈਂ ਰੋਟੀਆਂ ਮੇਰੀਆਂ ਕੌਣ ਪਕਾਊਗਾ ਇੱਥੇ, ਤੂੰ ਮੇਰਾ ਘਰ ਪੱਟਣਾ ਹੈ ਅਸੀਂ। ਘਰ ਕਿਉਂ ਪੱਟਣਾ ਆਈ ਹੈ, ਮੈਂ ਤਾਂ ਸੁਧਾਰਨਾ ਹੀ ਹੈ। ਅੱਛਾ ਘਰ ਤੂੰ ਸੁਧਾਰਨਾ ਹੀ ਹੈ, ਕਿਤੇ ਬਾਲੀ ਨਾ ਜਾ ਦੇ ਸੁਧਾਰ ਕਰਦੀ ਮਾਸੀ। ਚੰਗਾ ਮਾਸੀ ਤੂੰ ਆਰਾਮ ਕਰ ਲੈ, ਮੈਂ ਤਾਂ ਨਾ। ਚੰਗਾ ਪੁੱਤ ਤੂੰ ਤੂੜੀ ਢੋ। ਹਾਂ ਤੂੰ ਇਹ ਫੇਰ ਕਰਾਂਗੇ, ਗੱਲਾਂ ਕਰਾਂਗੇ ਆਪਾਂ ਵਿਹਲੇ ਹੋ ਕੇ। ਲੈ ਦੱਸ ਉਹਦਾ ਬਣਿਆ ਬੈਠਾ ਮਾਸਟਰਨੀ ਦਾ, ਇਹ ਕਿੱਥੇ ਲੋਟ ਆਉਂਦੇ ਆ, ਉਹ ਕੁੜੀ ਹੈ ਵਿਚਾਰੀ ਉਹ ਆਪਦੇ ਘਰੇ ਲੱਗ। ਚੱਲ ਪੁੱਤ ਕੋਈ ਨੀ, ਕਰੋ ਆਪਦਾ ਕੰਮ ਧੰਦਾ, ਵੇਖ ਲਾ ਕਿਵੇਂ ਲੈ ਪਰਨਾ ਮੰਨੀ ਫਿਰਦਾ ਸਿਰ ਤੇ, ਉਹ ਕਿਵੇਂ ਜਲੂਸ ਕੱਢੀ ਫਿਰਦਾ। ਲੈ ਉਹ ਯੁਕਰੀ ਮਾਸੀ ਕੋਲੇ ਬੈਠਾ ਹੈਗਾ, ਆਉਰੀ ਆਉ ਮਣੇ ਆ ਮਾਸਟਰਨੀ ਜੀ। ਮਾਸੀ ਦਾ ਤੈਨੂੰ ਨੀ ਪਤਾ, ਮਾਸੀ ਦਾ ਤਾਂ ਨੀ ਪਤਾ, ਮਾਸੀ ਤੈਨੂੰ ਕਹਿੰਦੇ ਵੀ ਤੂੰ ਨਾ ਕੰਮ ਵਾਲਾ ਭਾਈ ਤੈਨੂੰ ਭੁੱਲ ਗਏ। ਕੰਮ ਵਾਲੇ? ਆਹੋ ਮਾਸੀ ਦੀ ਗੱਲ ਸੁਣ ਲੈ ਤੂੰ, ਜਦੋਂ ਮੈਂ ਆਈ ਅੰਦਰੋਂ ਮੈਂ ਬੁਲਾਈ ਮਾਸੀ ਨੂੰ, ਸਤਿ ਸ੍ਰੀ ਅਕਾਲ ਬੁਲਾਈ ਮਾਸੀ ਦੇ ਪੈਰੀਆਂ ਥੱਲੇ। ਮਾਸੀ ਮੈਨੂੰ ਕਹਿੰਦੀ ਕੁੜੀ ਵੀਰ ਤੂੰ ਉਹਨਾਂ ਦੀ ਕੰਮ ਵਾਲੀ ਆ ਮੈਡਮ ਕਿੱਥੇ ਆ ਕੇ। ਕੰਮ ਵਾਲੀ? ਹਾਂ ਮਾਸੀ ਆਏ ਕਹਿੰਦੀ ਹਾਂ, ਮਾਸੀ ਦਾ ਕੰਮ ਵਾਲੀ ਬੋਲੀ ਮੈਨੂੰ। ਮੈਂ ਤੈਨੂੰ ਦੱਸਾਂ ਮੈਂ ਮਾਸੀ ਦਾ ਕਸੂਰ ਨੀ ਮੰਨਦੀ, ਮੈਂ ਗਗਨ ਦਾ ਮੰਨਦੀ ਹਾਂ ਚ। ਗਗਨ ਨੇ ਮੈਨੂੰ ਬੋਲਦੀ ਮਰੇ ਕੋਲੇ, ਆਪ ਗੱਲਾਂ ਮਰ ਗਏ, ਆਪ ਤਾਂ ਸਾਰੇ ਨਾ ਸੁਣਾ ਤਨਾ ਮਾਸੀ ਨੂੰ, ਤੇ ਮੇਰੀ ਇੱਕ ਗੱਲ ਨੀ ਸੁਣੀ ਮਾਸੀ ਨੇ। ਗਗਨ ਦਾ ਕੀ ਕਸੂਰ ਹੈ? ਓਏ ਮਾਸੀ ਅਰਬਾ ਇਹ, ਤਾਂ ਹੀ ਤਾਂ ਮੈਂ ਕੋਈ ਜਾਂਦਾ ਨਹੀਂ ਸੀਗਾ, ਮੈਂ ਤਾਂ ਇਹਨੇ ਬਾਰ ਮੋੜਦੀ ਨਹੀਂ ਲਗਾ, ਉਹ ਬਾਰ ਮੋੜਦੀ। ਜੇ ਮਾਸੀ ਅਰਬਾ ਨਾ ਮਾਸੀ ਨੂੰ ਸਮਝਾਵੇ, ਅਰਬ ਮਹਿੰਦੀ ਆ ਮੂਰੋ, ਫਿਰ ਮੈਂ ਤਾਂ ਦੇਖੋ ਜੇ ਵੀ ਮਾਮਾ ਨੂੰ ਵੀ ਮੰਨਦੀ ਆ, ਮੈਂ ਕਹਿੰਦੀ ਕੋਈ ਨੀ, ਸੱਸ ਹੋਈ ਕਿ ਮਾਸੀ ਹੋਈ ਇੱਕੋ ਗੱਲ ਹੈ, ਮੈਂ ਮਾਂ ਦੇ ਸਮਾਨ ਮੰਨਦੀ ਆ, ਚੰਗੀ ਗੱਲ ਨੀ ਮਾਸੀ ਦੀ। ਮੈਨੂੰ ਤਾਂ ਲੱਗਦਾ ਵੀ ਮਾਸੀ ਨੇ ਮੈਨੂੰ ਜਾਣ ਕੇ ਕੰਮ ਵਾਲੀ ਕਹਿ, ਗਗਨ ਨੇ ਕਹਾ ਹੈ। ਉਹ ਗਗਨ ਨੇ ਕਾਹਨੂੰ ਕਹਾ ਹੈ? ਇਹ ਤਾਂ ਆਪਦੀ ਨੂਹਾਂ ਨਾਲ ਵੀ ਉੱਥੇ ਐਂ ਲੜਦੀ ਹੈ, ਇਹ ਤਾਂ ਅਡਵਾਈ ਕਰਦੀ ਹੈ ਗੱਲ ਗੱਲ ਤੇ। ਦੇਖ ਮੈਂ ਉਹਦੇ ਚਾਹ ਰਹੀ ਮੈਂ ਗਗਨ ਕੋਲ ਜਾਵੇ, ਕਿ ਗਗਨ ਨੇ ਉਹਨੂੰ ਸਾਰੀਆਂ ਗੱਲਾਂ ਸੁਣਨੀਆਂ ਸੀ ਜਿਹੜੀਆਂ ਗਗਨ ਨੇ ਉਹਦੇ ਨਾਲ ਕੀਤੀਆਂ। ਗਿੱਠਕ ਦੀ ਮਿੰਟਕ ਤਾਂ ਕਹਿ ਨੀ ਕੀ ਗੱਲ, ਫਿਰ ਉਦੋਂ ਸੁਣ ਤੁਸੀਂ ਦੇਖਿਆ ਨੀ ਸੀ ਜਦੋਂ ਮੈਂ ਸਾਡੇ ਘਰੇ ਕਿਰਾਏ ਤੇ ਰਹਿਣਾ ਸੀ, ਉਦੋਂ ਵੀ ਗਿੱਠਕ ਦੀ ਸੀ, ਮੈਂ ਕਿਹੜਾ ਲੰਬੀ ਸੀ, ਉਹ ਤੁਸੀਂ ਨਾ ਲੈਂਦੇ। ਤੇਰੀ ਭੈਣ ਤਾਂ ਕਹਿੰਦੀ ਮੇਰਾ ਭਰਾ 35-40 ਸਾਲਾਂ ਦਾ, ਉਹਦੇ ਚ ਕੋਈ ਖੜਦਾ ਨੀ ਸੀ, ਮੈਨੂੰ ਤਾਂ ਇਹ ਗੱਲ ਅੱਜ ਪਤਾ ਲੱਗੇ। ਉਹ
ਮੈਂ 35-40 ਸਾਲਾਂ ਦਾ, ਮੈਨੂੰ ਕੀ ਪਤਾ ਗਗਨ ਨੂੰ ਪੁੱਛ ਜਾ ਕੇ। ਕਿਹਦੇ ਕੋਲੇ ਕਿਹਾ ਗਗਨ ਨੇ? ਗਗਨ ਨੇ ਮਾਸੀ ਕੋਲੇ। ਉਹ ਐਵੇਂ ਕਹੀ ਜਾਂਦੀ ਹੈ, ਮੈਨੂੰ ਤਾਂ ਸਾਕ ਵਾਲਾ ਇੱਕ ਆਉਂਦਾ ਸੀਗਾ, ਇੱਕ ਮੁੜਦਾ ਸੀਗਾ। ਮਾਸੀ ਨੇ ਗੱਲ ਕਰ ਜਾ ਕੇ ਪੁੱਛ ਮਾਸੀ ਨੂੰ। ਮਾਸੀ ਦਾ ਨਾ ਸਵਾਲ ਥੋੜਾ ਜਿਹਾ ਰੁੱਖਾ ਹੈ, ਮੇਰੀ ਗੱਲ ਸੁਣ ਲੈ। ਤੂੰ ਤਾਂ ਪੜ੍ਹੀ ਲਿਖੀ ਹੈ, ਮਾਸੀ ਦਾ ਜਮਾ ਅਨਪੜ ਹੈ। ਅਨਪੜ ਮੈਨੂੰ ਪਤਾ ਹੀ ਹੈ। ਕੋਈ ਨੀ, ਮੈਂ ਮਾਸੀ ਨੂੰ ਕਹੂੰਗਾ। ਤੇ ਨਾਲੇ ਤੂੰ ਹੁਣ ਐ ਕਰ, ਤੂੰ ਮੈਨੂੰ ਚਾਹ ਪਾ, ਮੈਂ ਤਾਂ ਚਾਹ ਲੈ ਕੇ ਜਾਵਾਂ, ਤੇ ਮਾੜਾ ਮੋਟਾ ਮਾਸੀ ਦੀ ਸੇਵਾ ਕਰੀ। ਕੋਈ ਗੱਲ ਨੀ, ਸੇਵਾ ਚ ਤਾਂ ਦੇਖ ਮੈਂ ਕੋਈ ਕਮੀ ਨੀ ਰੱਖਦੀ, ਸੇਵਾ ਤਾਂ ਮਾਸੀ ਦੀ ਕਰ ਦੋ। ਮਾਸੀ ਨੂੰ ਮਾੜਾ ਜਿਹਾ ਸਮਝਾ ਦੀ, ਮੁੜ ਕੇ ਮੈਨੂੰ ਕੰਮ ਵਾਲੀ ਨਾ ਕਹੀ। ਉਹ ਮੈਂ ਤਾਂ ਸਮਝਾ ਦੂੰਗਾ, ਇਹ ਤਾਂ ਆਪਣੀ ਤੂੰ ਐ ਮੰਨ ਲੈ ਵੀ ਟੁੱਟੀ ਗੰਢੀ ਗਈ ਮਾਸੀ ਨਾਲ। ਆਪਾਂ ਤਾਂ ਕਦੀ ਤਾਂ ਕਦੇ ਨਾ ਆਏ ਸੀ ਨਾ ਗਏ ਸੀ, ਜੇ ਆ ਗਈ ਤਾਂ ਉਹ ਕੀ ਗੱਲ ਹੈ? ਉਹ ਵੀ ਤਾਂ ਗੁੱਸਾ ਮਸਾਲਾ ਮਾਰ ਕੇ ਆਈ ਹੈ। ਫਿਰ ਮੈਂ ਤਾਂ ਮਾਰ ਲਿਆ, ਮੈਂ ਕਿਹੜਾ ਗੁੱਸਾ ਕਰਦੀ ਮਾਸੀ ਦਾ, ਮੈਂ ਗੁੱਸਾ ਨੀ ਕਰਦੀ ਇਹ ਗੱਲ ਦਾ। ਮੈਨੂੰ ਕਿਉਂ ਕਹਿਤਾ? ਵੱਡਾ ਬੰਦਾ ਕਈ ਰਿੰਦਾ ਹੁੰਦਾ, ਮੈਨੂੰ ਗੁੱਸਾ ਇਸ ਗੱਲ ਦਾ। ਉੱਤੋਂ ਗਗਨ ਰਸੋਈ ਚ ਖੜੀ ਹੱਸੀ ਜਾਵੇ। ਉਹ ਗਗਨ ਤਾਂ ਮੇਰੀ ਗੱਲ ਸੁਣ, ਗਗਨ ਦਾ ਦਿਮਾਗ ਕੀ ਹੈ? ਉਹ ਤਾਂ ਸਿੱਧਰੀ ਹੈ। ਸਿੱਧਰੀ ਤਾਂ ਹੈਗੀ ਹੈ। ਤੇ ਨਾਲੇ ਇਹ ਜੇ ਮਾਸੀ ਦਾ ਮਨ ਚ ਕੁਛ ਨੀ ਗਾ, ਇਹਦਾ ਭਰੜ ਭਾਂਡਾ, ਭਰੜ ਭਾਂਡਾ ਇਹਦਾ ਮੂੰਹ ਦੀ ਗੱਲ। ਕੋਈ ਗੱਲ ਨੀ, ਮਾਸੀ ਨੂੰ ਤਾਂ ਮੈਂ ਆਪੇ ਆਪਦੇ ਮੰਨੀ ਦੀ ਕਰ ਲੂੰਗੀ, ਤੂੰ ਦੇਖਦਾ ਜੀ। ਜਿਹੜਾ ਗਗਨ ਨੇ ਸੱਦੀ ਹੈ ਨਾ ਮਾਸੀ, ਉਂਗਲਾ ਲਾ ਕੇ ਵੀ ਮੈਨੂੰ ਮਾਸਟਰ ਨੀ ਲਵਾ ਕੇ ਜਾ, ਤੂੰ ਦੇਖਦਾ ਜੀ ਲਗਨ ਲਵਾ ਲੈ ਮਾਸੀ ਮਾਸਟਰ ਨੀ। ਉਹ ਮਾਸੀ ਨੂੰ ਤਾਂ ਆਪਦੇ ਤਾਂ ਨੀ ਵੀ ਕਰ ਲੂੰ, ਰੋਟੀ ਤੂੰ ਖਵਾ ਕੇ ਚਾਹ ਪਾਣੀ ਪਿਆ ਲੈ। ਇਹ ਗੱਲ ਠੀਕ ਹੈ, ਸੇਵਾ ਕਰਕੇ ਕਰੀ। ਆਹੋ, ਮੈਂ ਸੇਵਾ ਵੀ ਇੰਨੀ ਕਰੂੰ, ਉਹ ਹੀ ਭੁੱਲ ਜੂਗੀ। ਨਿੱਕੇ ਵੱਡੇ ਕੋਈ ਐ ਨਹੀਂ ਹੁੰਦਾ ਵੀ ਕੱਦਾਂ ਚ ਕੁਛ ਰੱਖਿਆ ਹੁੰਦਾ, ਬੰਦੇ ਦੀ ਮਿੱਠ ਚਾਹੀਦੀ ਹੈ। ਮੈਂ ਤਾਂ ਜਿਹੜੇ ਤੈਨੂੰ ਕਹਿਤਾ ਸੀ ਵੀ ਮਾਸੀ ਨੂੰ ਆ ਜਾ, ਵੀ ਆਪਾਂ ਮਾਸੀ ਨੂੰ ਮਾਮਾ ਵਾਂਗੂ ਮੰਨਾਂਗੇ, ਪਰ ਕਰ ਥੋੜਾ ਜਿਹਾ ਮੈਨੂੰ ਗੁੱਸਾ ਆ ਗਿਆ। ਮੇਰੇ ਕੋਲ ਵੀ ਮਾਸੀ ਥੋੜਾ ਜਿਹਾ ਵਾਤਵਾ ਬੋਲਦੀ ਸੀ, ਮੈਂ ਤੈਨੂੰ ਆਖਿਆ ਸੀ ਮਹਾਰਪੀ ਤਾਂ ਬੜਾ ਚੰਗਾ ਸਵਾ ਹੈ, ਪੜ੍ਹੀ ਲਿਖੀ ਹੈ ਮਾਸੀ, ਤੂੰ ਕਿਹੜੀਆਂ ਗੱਲਾਂ ਕਰਦੀ ਹੈ? ਉਹ ਚੱਲ ਫਿਰ ਵਿਚਾਰੀ ਪਹਿਲੀ ਵਾਰ ਆਈ ਹੈ, ਹੁਣ ਉਹਨੂੰ ਸਵਾਲ ਦਾ ਮੇਰੇ ਦਾ ਕੀ ਪਤਾ ਹੈ? ਤੂੰ ਮੈਨੂੰ ਐਂ ਕਰ, ਚਾਹ ਫੜਾ, ਮੈਂ ਤਾਂ ਚਾਹ ਲੈ ਕੇ ਜਾਵਾਂ। ਚਾਹ ਫੜਾ ਦਿੰਦੀ ਹਾਂ। ਚਾਹ ਪਾ ਦੇ ਕਾਹਦੇ ਚ ਭਾਵਾਂ ਸੁਣੀ ਫੜਾ, ਉਹਦੇ ਇੰਨਾ ਚ ਪਾ ਦੇ। ਉਹ ਮਾਸੀ ਨੂੰ ਵੀ ਲੈ ਕੇ ਜਾਣੀ, ਮਾਸੀ ਆਖੂ ਕਿਹੜਾ ਵੇਲਾ ਹੋ ਗਿਆ ਮੇਰੇ ਕੋਲ ਚਾਹ ਨੀ ਲੈ ਕੇ ਆਈ। ਤੇ ਤੂੰ ਐਂ ਕਰੀ, ਆਹ ਨਾ ਉਹ ਮਸ਼ੀਨ ਦਾ ਜਿਹੜਾ ਡਰਾਈਵਰ ਹੈ, ਉਹ ਆਖਰ ਮੋਸਟ ਪਾ ਦੀ ਉਹਦੀ ਚਾਹ। ਉਹ ਵਿਚਾਰੇ ਨਾ ਵਿੱਚ ਦੀ ਮਸਾ ਪੀਂਦੇ ਨੇ, ਉਹ ਡੋਲ ਗਿਆ ਠੰਡੀ ਹੋ ਜਾਂਦੀ ਹੈ। ਚਲ ਕੋਈ ਨੀ, ਇਹ ਚ ਪਾ ਦਿਆਂਗੇ, ਠੀਕ ਹੈ। ਹਰਪ੍ਰੀਤ ਲਿਆ ਚਾਹ, ਕੁੜੇ ਬੂਜ ਕਦੋਂ ਦੀ ਆਈ ਹੈ ਚਾਹ ਰਸੋਈ ਚ ਤੂੰ? ਆ ਗਈ ਮਾਸੀ ਜੀ, ਆ ਲੋ ਜੀ ਚਾਹ। ਤਾਂ ਦੇ ਪਤਾ ਸ਼ਾਬਾਸ਼ ਜੀ, ਕੋਈ ਪਤਾ ਕੁਝ ਖਾਣ ਖੋਣ ਲਿਆ ਦੇ ਨਾਲ ਲੈ ਕੇ ਆਉਂਦੀ ਮਾਸੀ, ਅੰਦਰ ਪਾਇਆ ਪਿਆ ਸਮਾਨ। ਆ ਕੁੜੇ ਭੁੱਖ ਲੱਗੀ ਪਈ ਹੈ, ਮੈਂ ਦੱਸ ਕਿਹੜੇ ਖਵਾਊ ਗੁਲਗੁਲੇ, ਕਿਹੜੀ ਚਾਹ ਪਿਆਉਂਦੀ ਹੈ, ਕਿਹੜੇ ਕੁੜੀ ਨੂੰ ਕਿੱਥੇ ਦਵਾ ਲਾ ਇਹ? ਲਿਆ ਕੁੜੇ ਪੁੱਤ, ਲਿਆ ਲਿਆ ਹਰਪ੍ਰੀਤ, ਤੂੰ ਤਾਂ ਸਿਆਣੀ ਵਾਲੀ ਹੈ। ਲੈ ਮਾਸੀ, ਲਿਆ ਪੁੱਤ ਲਿਆ। ਹੋਰ ਦੱਸੋ, ਹੋਰ ਕੋਈ ਕੁਛ ਲੈਣਾ? ਲੈਣੇ ਜਾਂਦੇ ਹੈਗੇ ਹਾਂ, ਜਾਂਦਾ ਹੈ ਨੀ। ਬਿਸਕੁਟ ਹੈ ਨੀ ਗੇ? ਬਿਸਕੁਟ ਲਿਆ ਦੇਣੀ ਆ ਮਾਸੀ। ਹੋਰ ਲੈ ਜੋ, ਲਿਆ ਕੇ ਦੀ। ਚੰਗਾ ਮਾਸੀ। ਆਹੋ, ਮੈਂ ਦਸਵਾਂ ਤੱਕ ਪੜ੍ਹੀ ਲਿਖੀ ਹੈ, ਪਤਾ ਹੋਊ ਵੀ ਸਿਆਣਾ ਬੰਦਾ ਕੀ ਖਾਂਦਾ ਹੈਗਾ, ਤੇ ਜਮੀ ਭੋਰਾ ਹੀ ਪਤਾ ਨੀ ਕਿਸੇ ਦਾ। ਮੈਂ ਦੱਸ ਕੀ ਵੇ ਭਾਈ ਗਰਲਾਲ, ਤਾਂ ਇਹ ਤੋਂ ਕਿਆ ਰੋਣਾ ਸੀ, ਕੋਈ ਕੰਮ ਧੰਦੇ ਵਾਲੀ ਲਿਆਉਂਦਾ ਚੱਜ ਦੀ ਕੁੜੀ? ਹੈਂ, ਮੈਂ ਦੱਸ ਜੇ ਮੇਰੀ ਭੈਣ ਹੁੰਦੀ ਤਾਂ ਸੌ ਕੁਛ ਦੇਖਦੀ,
ਉਹ ਕੰਮ ਧੰਦੇ ਵਾਲੀ ਲਿਆਉਂਦੀ ਮਾਸਟਰ ਨੀ ਤੇ ਡੁੱਲ ਗਏ ਲਿਆ ਪੁੱਤ ਹਰਪ੍ਰੀਤ ਲੈਣਾ ਸੀ ਬਿਸਕੁਟ ਬਿਸਕੁਟ ਆ ਪੁੱਤ ਪੁੱਤ ਕੋਲ ਦਾ ਦੋ ਨੀ ਹੈਗੀ ਰੋਟੀ ਦੇਣ ਦੀ ਇੱਕ ਮੈਨੂੰ ਤਾਂ ਹੁਣ ਬਿਸਕੁਟ ਵੀ ਪਸੰਦ ਆ ਸ਼ੂਗਰ ਜਿਹਾ ਬਣਦਾ ਮਿੱਠੇ ਬਿਸਕੁਟਾਂ ਦਾ ਫਿਰ ਬਿਸਕੁਟ ਤਾਂ ਹੁਣ ਮਿੱਠੀ ਹੈ ਮਾਸੀ ਤੂੰ ਪਹਿਲਾਂ ਦੱਸਣਾ ਸੀ ਦੂਜੇ ਮੰਗਾ ਕੇ ਰੱਖ ਲਾਂਗੇ ਸ਼ੂਗਰ ਫਿਰ ਦੱਸ ਭਾਈ ਤਿੰਨ ਕਲਾਸ ਦਾ ਪਤਾ ਨਹੀਂ ਲੈ ਮਾਸੀ ਸਾਰਾ ਸਮਾਨ ਤੇ ਤੈਨੂੰ ਲੈ ਲੈ ਨਹੀਂ ਤੂੰ ਕਹਿੰਦੀ ਕਾਸੇ ਦਾ ਪਤਾ ਨਹੀਂ ਰੋਟੀ ਕੋਈ ਤੂੰ ਸਿੱਧਾ ਪਹਿਲੇ ਮੈਨੂੰ ਮਾਸੀ ਵੀ ਰੋਟੀ ਬਣਾ ਦੇ ਹਾਂ ਤੈਨੂੰ ਨਹੀਂ ਪਤਾ ਰੋਟੀ ਬਣਾ ਦੇ ਮਾਸੀ ਕੋਈ ਗੱਲ ਨਹੀਂ ਤੂੰ ਚਾਹ ਪੀ ਲਾ ਚੰਗਾ ਚਾਹ ਪੀਨੇ ਲੈ ਰੋਟੀ ਬਣਾ ਕੇ ਰੋਟੀ ਬਣਾ ਦੇ ਲੈ ਮਿਰਤੀ ਲੈ ਦੱਸ ਕਾਸੇ ਦਾ ਪਤਾ ਹੀ ਨਹੀਂ ਇਹਨੂੰ ਤਾਂ ਸੁੱਡੜੀ ਹੈ ਜਮਾਈ ਕੱਲੀਆਂ ਕੋਨੀ ਜੀ ਕਰਨ ਜਾਣਦੀਆਂ ਨਾ ਅੱਜ ਕੱਲ੍ਹ ਦੀਆਂ ਕਾਹਨੂੰ ਪਤਾ ਇਹਨਾਂ ਨੂੰ ਕੁਛ ਲੈ ਹੁਣ ਮਾਸੂ ਕਹਿੰਦੀ ਨਾ ਤਾਂ ਮੇਰੇ ਬਿਸਕੁਟ ਪਸੰਦ ਆ ਨਾ ਗਿਰੀਆਂ ਭੁਈਆਂ ਪਸੰਦ ਆ ਕਹਿੰਦੀ ਉਹ ਤਾਂ ਕਰੜਾ ਚੱਬਿਆ ਨਹੀਂ ਆਉਂਦਾ ਕਹਿੰਦੇ ਮੇਰੇ ਦੰਦ ਹੈ ਨਹੀਂ ਲੈ ਮਾਸੀ ਏਡੇ ਏਡੇ ਤੇ ਤੇਰੇ ਦੰਦ ਹੈ ਕੋਲੇ ਮੇਰੇ ਕੋਲੇ ਕਹਿੰਦੀ ਮੇਰੇ ਦੰਦ ਹੈ ਨਹੀਂ ਸਰੀ ਪਿਆ ਮਾਸੀ ਦਾ ਵੀ ਹੁਣ ਕਹਿੰਦੀ ਕਿ ਰੋਟੀ ਬਣਾ ਕੇ ਲਿਆ ਦੇ ਮੈਨੂੰ ਤਾਂ ਇਹ ਲੱਗਦਾ ਹੈ ਜਿਵੇਂ ਕੋਈ ਹੈਰਾਨ ਕਰਨ ਵਾਸਤੇ ਸੱਦੀ ਹੁੰਦੀ ਹੈ ਗਗਨ ਨੇ ਮੈਨੂੰ ਜਾਣ ਕੀ ਮੈਂ ਤਾਂ ਪਹਿਲਾਂ ਕੀ ਤੱਕੀ ਆਈ ਸੀ ਚਲੋ ਕੱਦੂ ਦੀ ਬਣਾ ਦਿੰਦੀ ਹਾਂ ਭਾਬੀ ਕੀ ਕਰਦੀ ਆ ਤੈਨੂੰ ਵੀ ਦੇਖਦੀ ਆ ਬਈ ਕੱਦੂ ਚੀਰ ਦੇ ਸਬਜ਼ੀ ਬਣਾਉਂਦੀ ਆ ਮਾਸੀ ਨੇ ਰੋਟੀ ਖਾਣੀ ਐ ਕਰ ਤੂੰ ਥੋੜਾ ਜਿਹਾ ਆਟਾ ਗੁੰਨ ਲੈ ਤੇ ਮੈਂ ਸਬਜ਼ੀ ਬਣਾ ਦਿਆਂ ਮੈਂ ਥੋੜੀ ਗੁੰਨੀ ਲਾਗਾ ਤੂੰ ਆਪੇ ਹੀ ਕਰ ਲੈ ਤੈਨੂੰ ਵੀ ਕਿਹਾ ਮਾਸੀ ਨੇ ਸਬਜ਼ੀ ਬਣਾਉਣ ਨੂੰ ਨੇ ਰੋਟੀ ਬਣਾਉਣ ਨੂੰ ਤੂੰ ਹੀ ਬਣਾ ਮੈਂ ਤਾਂ 2 ਮਿੰਟ ਮਾਸੀ ਕੋਲ ਗੱਲਾਂ ਕਰਦੀ ਆ ਜਾ ਕੇ ਮੈਂ ਤਾਂ ਜਾਣੀ ਆ ਦੇਖ ਲੈ ਇਹ ਵੀ ਚੰਬਲ ਵੀ ਹੁਣ ਇਹ ਵੀ ਸਿੱਧਾ ਨਹੀਂ ਬੋਲਦੀ ਅੱਗੇ ਵੀ ਗੱਲ ਮੇਰੇ ਪਾਣੀ ਭਰਦੇ ਸੀ ਹੁਣ ਮੈਨੂੰ ਇੱਥੇ ਇਹ ਗੱਲ ਕੰਮ ਵਾਲੀ ਬਣਾ ਕੇ ਲਾ ਲਿਆ ਉਹ ਵੀ ਗੱਲ ਉਹ ਵੀ ਮਾਸੀ ਦੀ ਇਹ ਮਾਸੀ ਨੇ ਕਿਹਾ ਸੀ ਅਗਰ ਕੁੜੇ ਵੀ ਕੰਮ ਵਾਲੀ ਹੈ ਉਹ ਵੀ ਕੰਮ ਵਾਲੀ ਬਣਾਤਾ ਮੈਨੂੰ ਤਾਂ ਮਾਸੀ ਨੇ ਆ ਕੇ ਮਾਸੀ ਬਹਿਗੀ ਹੋਰ ਪੁੱਤ ਬੈਠੇ ਆ ਤਾਂ ਅੱਛਾ ਮੈਂ ਕਿਹਾ ਰੋਟੀ ਬਣਾਉਂਦੀ ਹੈ ਬਹੁਤ ਲਿਆਉਗੀ ਪਕਾ ਕੇ ਉਹ ਕਿਹੜੀ ਰੋਟੀ ਜਾ ਕਰਦੇ ਤਾਂ ਘਰ ਮੈਨੂੰ ਕਹਿੰਦੀ ਆਟਾ ਗੁੰਨ ਅੱਛਾ ਤੂੰ ਜਾ ਨਾ ਬੈਠੇ ਬਹਿ ਜਾ ਮੇਰੇ ਕੋਲੇ ਤੇਰੇ ਕੋਲ ਹੀ ਬੈਠੂਗੀ ਆਪੇ ਕਰੇ ਚਾਹੇ ਨਾ ਕਰੇ ਲਿਆਉਗੀ ਮੈਨੂੰ ਬਥੇਰਾ ਤੰਗ ਕੀਤਾ ਇਹਨਾਂ ਨੇ ਆਹੋ ਹਾਂ ਮੈਂ ਕਰੂੰ ਉਹਦੀ ਸਿੱਧੀ ਤੈਨੂੰ ਨਹੀਂ ਦਬਾ ਰਹੇ ਹਾਂ ਤੂੰ ਹੀ ਕਰੇਗੀ ਤੇਰੇ ਤੇ ਮੈਨੂੰ ਮਾਣ ਹੈਗਾ ਵੀ ਮਾਸੀ ਮਾਵਾਂ ਵਰਗੂ ਹੁੰਦੀ ਤੂੰ ਹੀ ਕਰਨਾ ਇਹਨੂੰ ਲੋਟ ਮੈਂ ਸੁਧਾਰ ਕਰੂੰ ਇਹਦਾ ਇਹ ਤਾਂ ਮੇਥਾ ਲੋਟ ਆਈ ਨੀਗੀ ਮੈਂ ਕਰਕੇ ਜਾਉ ਕੋਈ ਨਹੀਂ ਦੇਖ ਲੈ ਤੇਰੇ ਮੂੰਹ ਤੇ ਵੀ ਨਹੀਂ ਹੜਦੀ ਵੀ ਕੰਮ ਕਰਨ ਲੱਗ ਲੈ ਕਹਿਣੂ ਮੋਰੇ ਦਾ ਕੀ ਰਵਾਲ ਇਹ ਆਪਾਂ ਦੇਖੇ ਸਹੀ ਹੁਣ ਸੁਧਾਰ ਦੇਾਂਗੇ ਹੁਣ ਲੋਟ ਕਰਕੇ ਹੀ ਜਾਈ ਤੇਰੀ ਕੋਈ ਮੈਂ ਕਰੂੰ ਲੋਟ ਇਹਨੂੰ ਆਪੇ ਬਣਾ ਕੇ ਲਿਆਉ ਰੋਟੀ ਇੱਕ ਮਾਸੀ ਤੈਨੂੰ ਹੋਰ ਦੱਸਦੀ ਆ ਚੰਗਾ ਹੋ ਗਿਆ ਮੈਂ ਤਾਈ ਦੇ ਘਰੇ ਜਾਇਆ ਸੀ ਤਾਈ ਨੇ ਮੈਨੂੰ ਵਧੀਆ ਸਕੀਮ ਦੱਸਤੀ ਸੀ ਵੀ ਤੈਨੂੰ ਮਾਸ ਕੋਈ ਤੇਰੇ ਮਾਸ ਕੋਈ ਕੰਮ ਆਊਗੀ ਅੱਛਾ ਹਾਂ ਉਹਨੇ ਵਧੀਆ ਸਕੀਮ ਦੱਸੀ ਤੇ ਆ ਦੇਖ ਲੈ ਤੈਨੂੰ ਫੋਨ ਲਾਤਾ ਤੇ ਸੱਦ ਲਿਆ ਓਏ ਪੁੱਤ ਤੂੰ ਨਿਆਣੀ ਆ ਤੈਨੂੰ ਕੀ ਪਤਾ ਤੈਨੂੰ ਕੀ ਮੱਤ ਸੀ ਮਾਸੀ ਤਾਈ ਫੇਰ ਵੀ ਸਿਆਣੀ ਆ ਤੇ ਤਾਈ ਹਾਂ ਉਹ ਸਿਆਣੀ ਸੀ ਤਾਂ ਹੀ ਨਾ ਮੱਤ ਦੇਤੀ ਉਹਨੇ ਚਾਚੇ ਕੇ ਘਰੋਂ ਇਹਨੇ ਹਟਾ ਲਿਆ ਮੈਨੂੰ ਜਾਣ ਆਉਣ ਜਾ ਕਾ ਤੂੰ ਚਾਚੇ ਕੇ ਘਰੇ ਮਾਸੀ ਕੋਲ ਬਾ ਜਾ ਕਰ ਕਿਹੜੀ ਜਾਣਾ ਨਹੀਂ ਜਾਣਾ ਕਿਹ ਨਹੀਂ ਕਹਿੰਦੇ ਮੇਰੇ ਚਾਚੇ ਵੀਰਾ ਵੀ ਦੇਖ ਲੈ ਉਹ ਵੀ ਕਹਿੰਦਾ ਤੂੰ ਜਾਣਾ ਨਹੀਂ ਕਹਿੰਦਾ ਭੈਣੇ ਘਰੇ ਕੰਮ ਕਰਿਆ ਕਰ ਗੋਹਾ ਕੂੜਾ ਸਿੱਟੋ ਨਾ ਮੇਰੀ ਬਹੂ ਮੂਰੇ ਕੰਮ ਧੰਦਾ ਕਰੇ ਮੇਰੀ ਬਹੂ ਇਹ ਵਿਹਲੀ ਮਾਂਡਾ ਠੀਕ ਕਰਦਾ ਉਹਦੇ ਮੂਰੇ ਤਾਂ ਮੈਨੂੰ ਬੋਲਦਾ ਉਹਦੇ ਮੂਰੇ ਤਾਂ ਕੰਮ ਕਰਦਾਗਾ ਆਹੋ ਉਹਦੇ ਮੂਰੇ ਤਾਂ ਹੁਣ ਦਰਦਾ ਪਾਣੀ ਭਰਦਾ ਹਾਂ ਉਹ ਫਿਰ ਪੈਸਿਆਂ ਦਾ ਲਾਲਚ ਆ ਉਹਨੂੰ ਪੈਸਾ ਦਾ ਲਾਲਚ ਹੀ ਜਾ ਕੇ ਦੇਖਦਾ ਦਰਦਾ ਉਹਨੂੰ ਹੀ ਆਹੋ ਆ ਦੇਖ ਲੈ ਲਿਆਂਦਾ ਗਿਆ ਉਹਦੀ ਆਗ ਤੱਕ ਇਹ ਜੀ ਖਰੀਦ ਕੇ ਲਿਆਂਦੀ ਐ ਸਰਕਾਰੀ ਨੌਕਰੀ ਦੇਖ ਲਈ ਮੈਨੂੰ ਕੀ ਪਤਾ ਸੀਗਾ ਵੀ ਇਹ ਜੀ ਨਿਕਲੂਗੀ ਮੈਨੂੰ ਤਾਂ ਆਇਆ ਸੀ ਵੀ ਚੱਲ ਮੇਰਾ ਭਰਾ ਆਇਆ ਹੈ ਉਹ ਤੈਨੂੰ ਵੀ ਆਇਆ ਹੁਣ ਮਾਸੀ ਤੋਂ ਕੀ ਕਰਾਉਣਾ ਨਹੀਂ ਮਾਸੀ ਮੈਂ ਹੁਣ ਜੇ ਤੈਨੂੰ ਸੱਦ ਲੈਂਦੀ ਮੈਂ ਤਾਂ ਗਲਤੀ ਕਰ ਬੈਠੀ ਤੈਨੂੰ ਵੀ ਸੱਦਣਾ ਸੀ ਖਬਰ ਤੂੰ ਦੇਖ ਲੈਂਦੀ ਮਾਣਾ ਮੋਟਾ ਹੁਣ ਵੀ ਫੋਨ ਕਰਿਆ ਹੀ ਆ ਉਹ ਕਰਨਾ ਦੀ ਉਹ ਦਿਮਾਗ ਨਾ ਦਿੰਦਾ ਜਾਂਦਾ ਦਿਮਾਗ ਕੀ ਨਹੀਂ ਆਈ ਗੱਲ ਵੀ ਮੈਂ ਮਾਸੀ ਨੂੰ ਸੱਦ ਲਾਂ ਰੈ ਲੈ ਲਾਉਂਦੇ ਨਾ ਕੋਈ ਆ ਦੇਖ ਲੈ ਚਾੜਦਾ ਨੰਦ ਬਾਈ ਨੇ ਤਾਂ ਮਾਸਟਰ ਨਹੀਂ ਲੈ ਕੇ ਕੋਈ ਨਹੀਂ ਮੈਂ ਸੁਧਾਰ ਕਰ ਦੂੰ ਇਹਦਾ ਤੂੰ ਹੀ ਕਰੇਂਗੀ ਹੁਣ ਮੈਂ ਕਿਹੜਾ ਲੋਟ ਆਈ ਮੈਂ ਕਿਉਂ ਆਉਂ ਹੁਣ
ਬਸ ਹੁਣ ਤੂੰ ਜਿਹੜਾ ਕੁਛ ਕਰਨਾ ਹੁਣ ਤੇਰੇ ਆ, ਐ ਨਾ ਹੋਵੇ ਵੀ ਤੂੰ ਬਦਲ ਜੇ ਕਿਤੇ ਉਹਦੇ ਮਗਰ ਲੱਗ ਗਈ। ਉਹਦੇ ਮਗਰ ਨੀ ਲੱਗਦੀ, ਤੇਰੇ ਮਗਰ ਹੀ ਰਹੂੰਗੀ। ਆਹੋ ਆਪਾਂ ਮਾਵਾਂ ਤੇ ਇੱਕ ਥਾਂ ਬੈਠਾ ਉੱਠਿਆ ਕਰਾਂਗੇ, ਦੁੱਖ ਸੁੱਖ ਕਰਿਆ ਕਰਾਂਗੇ। ਜੇ ਹੁਣ ਅੱਜ ਮੇਰੀ ਮਾਂ ਹੁੰਦੀ ਇੰਨਾ ਚਾਹ ਚੜਦਾ, ਚਾਹ ਚੜਦਾ, ਤੇਰੀ ਮਾਂ ਬਿਨਾਂ ਤਾਂ ਕੁਛ ਹੀ ਨੀ ਲੱਗਦਾ, ਰੌਣਕ ਵੀ ਨੀ ਹੈਗੀ ਘਰੇ, ਮਾਂ ਬਿਨਾਂ ਪੱਖ ਵੀ ਨੀ, ਪਰਖ ਨੀ ਨਾ। ਵੀਰਾ ਤਾਂ ਹੁਣ ਆਈ ਆ, ਬਸ ਉੱਥੇ ਆ ਜਿੱਥੇ ਉਹ ਗੱਲ ਕਹਿੰਦੀ ਉੱਥੇ ਹੀ ਕਰਦਾ ਗੱਲ, ਹੁਣ ਨੀ ਮੇਰੀ ਸੁਣਦਾ। ਮੈਂ ਕਿੰਨਾ ਢੱਕਾ ਦੇਖ ਲੈਣਾ ਘਰੇ ਕੀਤਾ, ਕਿੰਨਾ ਢੋਇਆ ਗਾ ਗੋਹਾ ਕੂੜਾ, ਕਿੰਨਾ ਕੀਤਾ ਜਦੋਂ ਪਹਿਲਾਂ ਆਈ ਨੀ ਸੀ, ਉਦੋਂ ਤਾਂ ਮੈਂ ਹੀ ਕੰਮ ਕਰਦੀ ਸੀ। ਹੁਣ ਨੀ ਤੂੰ ਘੱਟਾ, ਹੁਣ ਵੀ ਢੋਣੀ ਹੈ, ਹੁਣ ਵੀ ਰੋਟੀ ਟੁੱਕ ਬਣਾਉਂਦੀ ਤਾਂ ਸਕੂਲ ਬਾਹਰ ਜਾਂਦੀ ਚੱਕ ਕੇ ਵਾਗ, ਤੇ ਹੋਰ ਤਾਂ ਮੌਜ ਨੇ ਤਿਆਰ ਹੋ ਕੇ ਜਾ ਬਣਦੀ ਹੈ, ਗਗਨ ਆਹ ਕਰਨੀ, ਗਗਨ ਆਹ ਕਰਨੀ, ਹੁਕਮ ਲਾ ਜਾਂਦੀ ਹੈਗੀ, ਮਗਰ ਉਹ ਘਰੇ ਤੂੰ ਰਹਿ ਜਾਣੀ ਹੈ। ਰਹਿੰਦੀ ਕਿੱਥੇ ਆ ਫਿਰ, ਮੇਰਾ ਕੱਲੀ ਦਾ ਕਿੱਥੇ ਮੈਂ ਜੀ ਲੱਗਦਾ ਮਾਸੀ, ਮੈਂ ਤਾਂ ਚੱਚ ਕੇ ਘਰੇ ਜਾ ਬੜੇ ਨੀ। ਆਹੋ ਤੇ ਜਿੰਦਾ ਲੱਗੇ ਤਾਈ ਕੋਲੇ ਬਾਹਰ ਜਾ ਕਰ। ਹਾਂ ਮਗਰ ਕਹੋ ਵੀ ਤੂੰ ਕਿੱਥੇ ਗਈ ਸੀ, ਕਿੱਥੇ ਗਈ ਸੀ, ਕਿੱਥੇ ਜਾਣਾ ਸੀ ਕਦੇ ਮੈਂ। ਹਾਂ ਦੇਖ ਲੈ ਤੂੰ ਬੈਗ ਤਾਂ ਦੇਖ ਕਰੇ ਨੀ, ਪਹਿਲਾਂ ਤੂੰ ਆਈ ਦੇਖ ਵੀ ਤੈਨੂੰ ਕੱਲੀ ਚਾਹ ਫੜਾਤੀ, ਇੱਜ਼ਤ ਮਾਣ ਤਾਂ ਤੂੰ ਸਮਾਰ ਕੇ ਕਰ ਰਿਸ਼ਤੇਦਾਰ ਦਾ, ਇਹ ਜਾਣ ਕੇ ਕਰਦੀ ਆ ਵੀ ਇਹ ਰਹਿ ਜਾਣਾ ਪਵੇ ਇੱਥੇ। ਆਹੋ ਆਹੋ ਮੈਨੂੰ ਬਲਾਈ ਚਲਾਕੀਆਂ ਦਾ, ਹਾਂ ਵੀ ਛੇਤੀ ਵਗ ਜੇ, ਹਾਂ ਵੀ ਇਹ ਆ ਗਈ ਹੁਣ, ਹੁਣ ਮੈਨੂੰ ਸਾਹਮਣੀ ਪਊਗੀ, ਮੈਨੂੰ ਸਾਹਮਣੀ ਪਊਗੀ, ਗਗਨ ਦੀ ਮਦਦ ਕਰਦੀ ਆ ਤੇ ਜਾਵੇ ਛੇਤੀ, ਮੈਨੂੰ ਚਾਹ ਫੜਾਉਣੀ ਪਊ। ਚਲਾਕੀਆਂ ਦਾ ਬਥੇਰੀਆਂ ਕਰਦੀ ਆ ਇਹ, ਨਾ ਮੈਨੂੰ ਰੋਡੀ ਲੱਗ ਗਈ ਮਾਸੀ। ਨਾ ਨਾ ਮਾਸੀ ਤੇਰਾ ਵੀ ਹੱਕ ਬਣਦਾ ਭੈਣ ਦਾ ਘਰ ਆ, ਤੂੰ ਰਹਿ ਇੱਥੇ ਜਿੰਨੇ ਨਾਲ ਮਰਜ਼ੀ ਰਹਿ, ਤੈਨੂੰ ਕਿਵੇਂ ਰੋਕ ਦੂੰ, ਮੈਂ ਜਾਂਦੀ ਨਹੀਂ ਇੱਥੇ ਆ। ਹਾਂ ਤੂੰ ਇੱਥੇ ਰਹੀ ਚੰਗਾ, ਹੁਣ ਤੂੰ ਆਰਾਮ ਕਰ ਲੈ, ਫਿਰ ਮੈਂ ਉਹ ਕਰਨਾ ਜਾ ਕੇ ਮਨ ਕੰਮ ਧੰਦਾ। ਰੋਟੀ ਲਿਆਉਂਦੀ ਆ ਕਿ ਕਿਵੇਂ ਆ ਬਣਾ ਕੇ, ਰੋਟੀ ਬਣਾਈ ਜਾਂਦੀ ਆ ਆਪਣੇ ਆਪ ਕੇ ਪੁੱਤ ਤੂੰ। ਹਾਂ ਤੂੰ ਵੀ ਆਪ ਕੇ ਆਪੋ ਵਧੀਆ ਪਾ ਲੈ ਜੇ ਨਾ, ਮੇਰੇ ਦੰਦ ਨਹੀਂ ਹੈਗੇ। ਮਾਸੀ ਕਿਆ ਤਾਂ ਪਾ ਕੇ ਲੈ ਕੇ ਆਉਂਗੀ, ਉਹ ਤੂੰ ਚੋਰੀ ਕੁੱਟ ਲੈ ਜੰਨਾ, ਚੌਂਕਾ ਦਾ ਨਹੀਂ ਮੈਨੂੰ ਪਤਾ ਵੀ ਤੇ ਤੇਦਰ ਦੰਦ ਹੈ ਨਹੀਂ, ਖਾਦੇ ਨਹੀਂ ਆਂਦੀ। ਆਹੋ ਉਹ ਤਾਂ ਬੁੜੇ ਬੰਦਾ ਤਾਂ ਖਾਦੀਆਂ ਨਹੀਂ ਆਉਂਦੀਆਂ, ਕੱਦੂ ਦੀ ਦਾਲ ਦਾ ਛੱਡ ਖੜਾ ਆਪੇ ਖਾਈ ਜਾਊਗੀ, ਤੂੰ ਕੀ ਲੈਣਾ, ਮੈਂ ਤੈਨੂੰ ਵਧੀਆ ਚੂਰੀ ਕੁੱਟ ਕੇ ਲਿਆਉਂਗੀ, ਚੂਰੀ ਕੁੱਟੇ ਖਾ ਕੇ ਬਾਵਾ ਪਾ ਲੈ। ਨਾ ਨਾ ਕੋਈ ਨੀ ਪਾ ਲਿਓ, ਤਾਂ ਵਧੀਆ ਲੋਟ ਹੋ ਬੜੇ ਹੁੰਦੀ ਹੈ, ਕੋਈ ਨਹੀਂ ਲਿਆਣਾ ਤੂੰ ਖਾ ਲੈ ਜਾ। ਆਏ ਇਹ ਲੋਟ ਆਉਣਗੇ, ਉਹ ਕਿੱਥੇ ਲੋਟ ਆਉਂਦੇ, ਲੁਕੋਇਆ ਪਿਆ ਹੋਊਗਾ ਕੋਈ, ਪਾ ਲੈ ਜਿੰਦਾ ਜਿੰਦਾ ਲਾ ਦਿੰਦੀ ਹੋਊਗੀ ਬਤਾ ਭੈਣੇ, ਕੁੜੀ ਨੂੰ ਕਿੱਥੇ ਦਿੰਦੀ ਹੋਊ ਘਿਓ। ਚੱਲ ਹੁਣ ਤਾਂ ਉਹਦੇ ਕੋਲ ਹੀ ਹੋਰ ਰੋਟੀ ਪਕਾਈ ਜਾਂਦੀ ਹੈ, ਲਿਆ ਪੁੱਤ ਕਹਿੰਦੇ ਨਾ। ਲੈ ਹੁਣ ਆਈ ਆਪਣੇ ਜਾੜ ਥੱਲੇ ਮਾਸਟਰਨੀ ਦਾ, ਹੁਣ ਆਊਗਾ ਨਜ਼ਾਰਾ, ਵੱਡੀ ਬਣੀ ਫਿਰਦੀ ਸੀ ਮਾਸਟਰਨੀ, ਲਾ ਲਈ ਨਾ ਮੂਹਰੇ, ਫਿਰ ਹੁਣ ਦੇਖ ਫਿਰ ਹੁਣ ਪੈਂਤਰ ਆ, ਮਾਸ ਕੋਈ ਲਾਊ ਇਹਨੂੰ ਮੂਹਰੇ, ਮੈਂ ਨੀ ਸੀ, ਮੈਂ ਇੱਥੋਂ ਨੀ ਸੀ ਲੋਟ ਆਉਂਦੀ, ਇਹ ਤੋਂ ਹੀ ਲੋਟ ਆਊਗੀ ਹੁਣ ਭੈਣੇ। ਹਾਂ ਬਈ ਤੂੰ ਆ ਗਿਆ। ਮੈਂ ਤਾਂ ਆ ਗਿਆ, ਮੈਂ ਤੈਨੂੰ ਖੜਾ ਕਿਉਂ ਦੇਖੀ ਆ, ਅਜੇ ਤੇਰਾ ਦਿਮਾਗ ਠੀਕ ਹੈ, ਦਿਮਾਗ ਤਾਂ ਮੇਰਾ ਸੈੱਟ ਆ, ਤੁਸੀਂ ਪਾਗਲ ਕਰ ਰੱਖਿਆ ਸੀ ਮੈਨੂੰ, ਓਨੀ ਮੈਂ ਪਾਗਲ ਹੈਗੀ ਏਡੀ। ਅੱਛਾ ਹੁਣ ਨੀ ਤੂੰ ਪਾਗਲ, ਗਗਨ ਤੂੰ ਹੁਣ ਵੀ ਪਾਗਲ ਹੀ ਹੈ, ਪਾਗਲ ਤੂੰ ਪਾਗਲ ਹੀ ਰਹੀ। ਪਾਗਲ ਤਾਂ ਬਈ ਉਹ ਆ ਹੁਣ ਜਿਹੜੀ ਮੂਹਰੇ ਲਾਈ ਵੀ ਆ ਮਾਸਟਰ ਨੀ, ਪਰ ਮੈਥੋਂ ਨੀ ਸੀ ਲੋਟ ਆਈ, ਕਰਦੀ ਆ ਮੂਹਰੇ ਲਾਈ ਹੈ, ਮੈਨੂੰ ਗੱਲ ਦੀ ਸਮਝ ਨੀ ਕੀ ਗੱਲਾਂ ਕਰੀਆਂ ਨੀ ਤੂੰ। ਪਹਿਲਾਂ ਮੇਰੇ ਨਾਲ ਕਿੰਨੀਆਂ ਕਰਦੀ ਹੁੰਦੀ ਸੀ, ਜਿੱਦਾਂ ਦੀ ਮਾਸੀ ਆ ਗਈ ਉਦੋਂ ਦੀ ਮੂਹਰੇ ਲਾਲੀ ਮਾਸੀ ਨੇ, ਮਾਸੀ ਲੋਟ ਕਰੂ ਹੁਣ ਇਹਨੂੰ। ਭੈਣੇ ਕੀ ਮਾਸੀ ਲੋਟ ਕਰੂਗੀ, ਹੁਣ ਤੁਸੀਂ ਦੋ ਜਾਣੀਆਂ ਹੋ ਗਏ ਨਾ, ਮਾਸੀ ਹੋ ਗਏ ਨਾ ਤੂੰ ਹੋਗੀ, ਮੈਨੂੰ ਤਾਂ ਲੱਗਦਾ ਤੁਸੀਂ ਮੇਰਾ ਘਰ ਪੱਟੋਗੇ ਤੇਰੇ ਨਾਲ ਮਿਲ ਕੇ ਦੋਨੋਂ। ਭਾਈ ਜਾਂਦੀ ਆ ਤਾਂ ਜਾਣ ਦੇ, ਮੈਨੂੰ ਕੋਈ ਗਰਜ ਨੀ ਇਹਦੇ ਤੱਕ, ਜਿਵੇਂ ਮੇਰੇ ਨਾਲ ਕੀਤੀਆਂ ਨਾ ਇਹਨੇ, ਹੁਣ ਮਾਸੀ ਦਿਖਾਊ ਇਹਨੂੰ ਪੈਂਤਰਾ, ਇਹਦੇ ਜਾੜ ਥੱਲੇ ਹੋਣ ਆਈ ਆ। ਉਹ ਮਾਸੀ ਨੇ ਕੀ ਪੈਂਤਰੇ ਦਿਖਾਉਣੇ ਆ, ਆਪਦੀਆਂ ਨੂੰਹਾਂ ਤੇ ਇਹ ਕੱਟਦੀ ਨੀ, ਹੁਣ ਇਹ ਘਰ ਪੱਟਣ ਆਈ ਹੈ, ਮੇਰਾ ਘਰ ਪੱਟਣ ਭੈਣੇ ਕਿਉਂ ਇਹਦੇ ਮਗਰ ਲੱਗੀ ਇਹਨੇ, ਕੋਈ ਤਾਂ ਨਹੀਂ ਮੈਂ ਇਹਦੇ ਨਾਲ ਵਰਤੇਵਾ ਛੱਡਿਆ ਸੀਗਾ, ਕੋਈ ਨਹੀਂ ਘਰ ਕੰਮ ਨਹੀਂ, ਘਰ ਨਹੀਂ ਪੱਟਣ ਆਈ ਉਹ ਘਰ ਸਮਾਰਨ ਆਈ ਹੈ ਆਪਣਾ। ਹਾਂ ਘਰ ਦੇਖੀ ਸਮਾਰ ਕੇ ਸਮਾਰੂ ਆਪਣਾ, ਭੈਣੇ ਤੂੰ ਤਾਂ ਚਮਾ ਕਮਲੀ ਹੈ, ਤੂੰ ਤਾਂ ਹਰ ਇੱਕ ਦੇ ਮਗਰ ਲੱਗੀ। ਭਾਈ ਤੁਸੀਂ ਮੈਨੂੰ ਕਮਲੇ ਕਹਿੰਦੇ ਨੇ, ਮੈਂ ਡਿਗ ਡਿਗ ਕਮਲੀ ਹੈਗੀ, ਕਮਲੇ ਤਾਂ ਤੁਸੀਂ ਆਗੇ।
ਭੈਣੇ ਪਹਿਲਾਂ ਤਾਂ ਤੂੰ ਚਾਚੀ ਦੇ ਮਗਰ ਲੱਗੀ ਬੜੀ ਸੀ, ਅਗਰ ਚਾਚੀ ਮੇਰੀ ਮਾਵਾਂ ਵਰਗੀ ਹੈ, ਚਾਚੀ ਮੇਰੀ ਮਾਂ ਹੈ, ਹੁਣ ਤੂੰ ਮਾਸੀ ਕਹਿੰਦੀ ਮੇਰੀ ਮਾਂ ਹੈ, ਮਾਂ ਤਾਂ ਮਾਂ ਹੀ ਹੁੰਦੀ ਹੈ, ਹੋਰ ਲੋਕ ਨੀ ਮਾਂ ਬਣ ਸਕਦੇ, ਮਾਸੀਆਂ ਵੀ ਮਾਵਾਂ ਹੀ ਹੁੰਦੀਆਂ ਜਿਹੜੀਆਂ ਗੱਲਾਂ ਸੁਣਦੀਆਂ, ਕੀ ਮਾਵਾਂ ਹੁੰਦੀਆਂ ਨੇ ਇਹ, ਉਹਨੂੰ ਤੰਗ ਕਰੀ ਜਾਂਦੀ ਹਰਪ੍ਰੀਤ ਨੂੰ, ਜੇ ਉਹ ਬਾਗੀ ਫਿਰ ਮੈਂ ਕਿਵੇਂ ਕਰੂੰਗਾ, ਤਾਂ ਬਦਲੀ ਕਰਾਊਗੀ, ਕਹਿੰਦੇ ਜਲੰਧਰ ਦੀ ਬਦਲੀ ਕਰਾ ਦੇ, ਇਹ ਨਹੀਂ ਜਾਂਦੀ ਹੁੰਦੀ, ਖੁਸ਼ੀ ਡਰੋ ਤੋਂ ਤੂੰ ਐਵੇਂ ਡਰਦਾ ਫਿਰਦਾਗਾ, ਉਹ ਨਹੀਂ ਜਾਂਦੀ ਗੀ। ਅੱਛਾ ਮੈਂ ਐਵੇਂ ਡਰਦਾ ਫਿਰਦਾ, ਤੇ ਹੋਰ ਤੂੰ ਡਰਦਾ ਤਾਂ ਫਿਰਦਾ ਹੀ ਆ, ਤਾਂ ਤੁਸੀਂ ਬਾਲੀਆਂ ਸਿਆਣੀਆਂ ਆ ਗਈਆਂ, ਆ ਦੇਖ ਲੈ ਕੱਦੂ ਦੀ ਦਾਲ ਕਿਹਾ ਸੀ ਨਾ, ਕੱਦੂ ਦੀ ਦਾਲ ਨੀ ਖਾਦੀ, ਮੂਹਰੇ ਦਾਲ ਹੀ ਨਾ, ਚੂਰੀ ਖਾਦੀ, ਚੂਰੀ ਕੁੱਟ ਕੇ। ਅੱਛਾ ਚੂਰੀਆਂ ਕਟਾ ਕਟਾ ਖਾਣੀ ਹੋ ਤੁਸੀਂ, ਹੁਣ ਤੁਹਾਨੂੰ ਇਹ ਕੰਮ ਚਾਹੀਦਾ ਹੈ ਨਾ, ਮਾਸੀ ਨੂੰ ਮਾੜਾ ਮੋਟਾ ਅਕਲ ਨੀ, ਘਰੇ ਉਹ ਰੋਟੀ ਹੋਰ ਦਾਲ ਸਬਜ਼ੀ ਨਾਲ ਵੀ ਨਹੀਂ ਦਿੰਦੀਆਂ, ਮਾਸੀ ਦੀ ਅਕਲ ਕਿੱਥੇ ਕੋਈ ਵੀ ਹੈ, ਭੈਣੇ ਕਿਉਂ ਤੂੰ ਚੱਕ ਦੇਈ ਜਾਣੀ ਹੈ, ਕਿਉਂ ਤੁਸੀਂ ਮੇਰਾ ਘਰ ਪੱਟਦੀ ਹੋ, ਐ ਨੀ ਘਰ ਪੱਟਿਆ ਜਾਂਦਾ ਹੁੰਦਾ ਜਿਵੇਂ ਤੂੰ ਕਹਿੰਦਾ ਗਾ, ਤੂੰ ਆਪਣੇ ਆ ਫੜ ਭਾਂਡੇ, ਆ ਸਾਰੇ ਮਾਜਣ ਵਾਲੇ ਨੇ ਫਿਰ ਤੋਂ ਆਏ ਨੇਗੇ, ਤੂੰ ਨਹੀਂ ਮੇਰੀ ਗੱਲ ਸੁਣਦਾ ਹੁੰਦਾ, ਤੂੰ ਤਾਂ ਉਹਦੇ ਕੋਈ ਸੁਣਦਾ ਹੁੰਦਾ, ਮੈਨੂੰ ਤਾਂ ਲੱਗਦਾ ਹੁਣ ਰਲ ਮਿਲ ਕੇ ਨਾ ਦੋਨੇ ਜਮਾ ਮੇਰਾ ਘਰ ਪੱਟ ਕੇ ਜਾਊਗਾ, ਮਾਸੀ ਦਾ ਇਹਦਾ ਤਾਂ ਕੰਮ ਹੀ ਨਹੀਂ ਹੋਰ, ਮੈਂ ਤਾਂ ਹੀ ਤੈਨੂੰ ਜਾਂਦਾ ਨਹੀਂ ਸੀਗਾ ਇਹਨਾਂ ਦੇ, ਵੀ ਇਹ ਅੜ ਬੈ ਗਈ ਅੜ ਬੈ ਗਈ, ਆ ਮੇਰੀ ਭੈਣ ਇਹ ਜਮਾ ਕਮਲੀ ਹੈ, ਇਹਦੇ ਮਗਰ ਲੱਗ ਗਈ, ਉਹ ਜਾ ਕੇ ਹਰਪ੍ਰੀਤ ਨਾਲ ਗੱਲ ਕਰਦਾ ਵੀ ਇਹਨਾਂ ਦੀ ਐਵੇਂ ਨਾ ਤੂੰ ਗੱਲਾਂ ਸੁਣੀ ਜਾਈ, ਮੈਂ ਤੇਰੇ ਨਾਲ ਆ, ਅੰਦਰ ਸਭ ਕੁਛ ਹੈ, ਸੁੱਖ ਨਾਲ ਏਸੀ ਵੀ ਲੱਗਿਆ ਹੈ, ਦਸ ਮਿੰਟ ਬਹੂ ਨੇ ਦੱਸੇ ਨੀ, ਉਹ ਇਹ ਕੋ ਦੱਸਦੀ ਖੂੰਡੀ ਲੈ ਡਿੱਗਣਾ ਪਈ, ਬੁੜਿਆਂ ਦਾ ਮਰ ਜਾਣਾ ਪੈਰ ਤਿਲਕ, ਕੋਈ ਨੀ ਦੱਸ ਇੱਥੇ ਲੱਗਿਆ ਸਗੋਂ ਚਿੱਟਾ ਚਿੱਟਾ ਜਿਹਾ ਮੈਨੂੰ ਜਾਣ ਜਾਣ ਕੇ ਚਿਹੇਡਾ ਕਰਦੀ ਹੈ, ਸਾਡੇ ਕੋਠੀ ਵਾਲੀ ਵੱਡੀ ਹੈ, ਮੈਨੂੰ ਪਤਾ ਹੀ ਹੈ ਤੇਰਾ ਮਾਸੀ, ਨਹੀਂ ਲੈ ਇੱਥੇ ਵਜੇ ਮਾਸੀ, ਲੈ ਸ਼ਾਬਾਸ਼ ਜਿਉਂਦਾ ਰਹਿ, ਤੇ ਹੋਰ ਤੇਰੀ ਸੇਵਾ ਵਧੀਆ ਕਰੀ, ਹਾਂ ਸੇਵਾ ਤਾਂ ਵਧੀਆ ਕਰੀ, ਗੱਲ ਤਾਂ ਭੈੜੀ ਵਾਹੀ ਹੈ ਤੇਰੀ ਬੁਆ, ਆਖੀ ਨੇ ਵੀ ਨਿੰਦੀ ਜਾਂਦੀ ਹੈ ਮਾਸੀ, ਬਿੰਦੇ ਬਿੰਦੇ ਭੈੜੀ ਹੈ, ਉਹਦਾ ਤਾਂ ਮਾਸੀ ਕਿੱਦਾਂ ਚੰਗਾ ਸਵਾ, ਤੂੰ ਕੱਲੀ ਭੈੜੀ ਕਹਿ ਨੀ ਉਹਨੂੰ, ਉਹ ਤਾਂ ਸਾਰਾ ਪਿੰਡ ਸਰਾਉਂਦਾ ਹੈਗਾ, ਉਹ ਇਸਲਾਮ ਦਾ ਡਰਦਾ, ਉਹ ਤਾਂ ਪੁੱਤਾਂ ਡਰਦੀ ਸਲਾਹੀ ਜਾਂਦੀ, ਹਾਂ ਡਰਦੀ ਸਲਾਹੀ ਜਾਂਦਾ, ਇੰਨੀ ਚੰਗੀ ਵੀ ਹੈ ਨੀ ਮਾਸੀ, ਹੁਣ ਮੈਂ ਦੱਸ ਫਿਰ ਕੀ ਕਰਾਂ, ਤੈਨੂੰ ਫੜਾਉਂਦੀ ਰੋਟੀ ਰੋਟੀ, ਹਾਂ ਮੈਨੂੰ ਤਾਂ ਪੂਰਾ ਉਹ ਕਰਦੀ ਹੈਗੀ, ਅੱਛਾ ਤੇ ਗਾਗਲ ਨੂੰ ਵੀ ਕਦੇ ਉਹਨੇ ਕੁਛ ਨੀ ਕਿਹਾ, ਤੂੰ ਹੀ ਕੱਲੀ ਉਹ ਕਰੀ ਜਾਂਦੀ ਹੈ, ਮਾਸੀ ਮੇਰੀ ਗੱਲ ਸੁਣ ਲੈ, ਅੱਛਾ ਪਤਾ ਤੂੰ ਆਪਦੀਆਂ ਨੂੰਹਾਂ ਨਾਲ ਫਿਰ ਤਾਂ ਹੀ ਨੀ ਕਰ ਰਹੀ, ਮਤਲਬ ਤੇਰਾ ਸਭ ਆਪਣਾ ਹੈ, ਬੇ ਪੁੱਤ ਮੇਰੀਆਂ ਨੂੰਹਾਂ ਦਾ ਬਾਲੀਆਂ ਚੰਗੀਆਂ, ਅੱਛਾ ਤੇਰੀਆਂ ਨੂੰਹਾਂ ਦਾ ਚੰਗੀਆਂ ਨੇ, ਤੇ ਮੇਰੇ ਘਰ ਤੂੰ ਨਿੰਦੀ ਜਾਂਦੀ ਹੈ, ਇਹ ਤਾਂ ਤੇਰੇ ਘਰ ਆ ਜਾਂਦਾ ਬਾਹਲੀ ਭੈੜੀ ਹੈ, ਮੈਂ ਦੱਸਿਆ ਆਉਂਦੇ ਆਉਂਦੀ ਹੋ ਕਿ ਤੂੰ ਕਿੱਧਰੋਂ ਆ ਗਈ ਹੈ, ਕਿ ਤਾਂ ਰੋਟੀ ਦਿੰਦੀ ਕਿਸੇ ਨੂੰ, ਲੈ ਮਾਸੀ ਤੂੰ ਤਾਂ ਐਵੇਂ ਹੀ ਕਰੀ ਜਾਂਦੀ ਹੈਗੀ, ਤੂੰ ਮੈਨੂੰ ਐਂ ਲੱਗਦਾ ਹੈ ਕਦੇ ਮਾਸੀ ਜੇ ਤੂੰ ਐਂ ਅਡਵਾਈ ਕਰੀਗੀ ਨਾ, ਕਦੇ ਤੂੰ ਮੇਰਾ ਘਰ ਹੀ ਨਾ ਖਰਾਬ ਕਰ ਜੀ, ਉਹ ਨਹੀਂ ਪਤਾ ਮੈਂ ਸੁਧਾਰ ਕੇ ਜਾਊਂ, ਸੁਧਾਰ ਕੇ ਜਾਏਗੀ, ਹਾਂ ਪਤਾ ਨੀ ਤੂੰ ਕਿਹੜੇ ਲੋਟ ਸੁਧਾਰੇਂਗੇ, ਤੇ ਦੂਜੇ ਲੋਟੀ ਨਾ ਸੁਧਾਰ, ਨਹੀਂ ਇਹਦੇ ਬਾਲ ਮੈਂ ਹੀ ਕੱਢੂੰਗੀ, ਇੱਥੋਂ ਨਹੀਂ ਨਿਕਲਦੇ, ਇੱਥੋਂ ਨਹੀਂ ਇਹ ਲੋਟ ਆਉਂਦੀ, ਤੂੰ ਤਾਂ ਇਹ ਸਿਰ ਚੜਾ ਰੱਖੀ ਹੈ, ਹੈਂ ਦੱਸ ਤੈਨੂੰ ਪੁੱਛਦੀ ਨੀ, ਮੇਰਾ ਕੰਮ ਕਰਦੇ ਨੀ ਆਈ ਹੈ, ਰੋਟੀ ਤੈਨੂੰ ਨੀ ਪੁੱਛਦੀ, ਪਾਣੀ ਤੈਨੂੰ ਨੀ ਪੁੱਛਦੀ, ਆਹ ਕੁੜੀ ਆ ਉਹ ਰੋਲ ਛੱਡੀ ਹੈ, ਉਹ ਚੰਗਾ ਪਰੇ ਮਾਸੀ ਇੱਥੇ ਬਹਾਤੀ ਵਿਚਾਲੇ ਬੈਠੀ ਸੀਗੀ ਇੱਥੇ, ਸਾਰੀਆਂ ਨੂੰ ਗੱਲਾਂ ਸੁਣਦੀਆਂ ਨੇਗੀਆਂ, ਇਹ ਤਾਂ ਮੈਨੂੰ ਲੱਗਦਾ ਹੁਣ ਮੇਰਾ ਕੰਮ ਕਰਕੇ ਜਾਊ, ਕਿਤੇ ਮੈਂ ਸੁਧਾਰ ਕੇ ਜਾਊ, ਪਤਾ ਨੀ ਕਿਹੜੇ ਲੋਟ ਸੁਧਾਰੂਗੀ ਮਾਸੀ, ਲੈ ਬਾਗੀ ਹੁਣ ਚੁਗਲੀਆਂ ਕਰਨੀਆਂ ਹੋਣਗੀਆਂ, ਹੁਣ ਤਾਂ ਮੈਨੂੰ ਲੱਗਦਾ ਰਲ ਮਿਲ ਕੇ ਮੇਰਾ ਇਹ ਘਰ ਪੱਟਣਗੀਆਂ, ਛੱਡਦੀਆਂ ਨੀ ਦੋਨੇ, ਆ ਇੱਕ ਮਾਸੀ ਆ ਗਈ ਚੁਗਲ, ਇਹਨਾਂ ਕੋਲ ਤਾਂ ਚੁਗਲੀਆਂ ਨੇ, ਪਹਿਲਾਂ ਤਾਂ ਗਗਨ ਨੂੰ ਘਰੇ ਦੂਰ ਜਾਣਾ ਪੈਂਦਾ ਸੀਗਾ ਚਾਚੇ ਕੇ,
ਹੁਣ ਤਾਂ ਘਰੇ ਸਰ ਜਾਂਦਾ, ਇੱਥੇ ਚੁਗਲੀਆਂ ਕਰੀ ਜਾਂਦੀਆਂ। ਉਹ ਮੈਨੂੰ ਲੱਗਦਾ ਮਾਸਟਰ ਨੀ ਤਾਂ ਹੋ ਪਏਗੀ ਜਾ ਕੇ, ਉਹ ਕਿਤੇ ਗੁੱਸੀ ਨਾ ਹੋ ਗਈ ਹੋਵੇ, ਖਬਰ ਕੀ ਬੋਲੀਆਂ ਹੋਣਗੀਆਂ ਮਗਰੋਂ ਇਹ ਹੈ ਬੈੜੀਆਂ ਬਾਲੀਆਂ ਨੇ, ਇਹ ਕਿ ਸਿੱਧੇ ਮੂੰਹ ਬੋਲਦੀਆਂ ਨੇ। ਮਾਸਟਰਨੀ ਜੀ ਕੀ ਗੱਲ, ਇੱਥੇ ਕੋ ਆ ਕੇ ਪਏਗਾ, ਉਧਰ ਏਸੀ ਚ ਪਏਗਾ ਨਾ, ਉੱਥੇ ਕਮਰੇ ਚ ਜਾ ਕੇ। ਕਮਰੇ ਚ ਤਾਂ ਫੇਰ ਹੀ ਪਵਾਂਗੀ, ਉਹ ਪੈਣ ਦੇਣਗੀਆਂ ਮੈਨੂੰ, ਉਹ ਤਾਂ ਪਿੱਛੇ ਪੈ ਰਹੀਆਂ, ਪਹਿਲਾਂ ਤਾਂ ਇੱਕ ਸੀਗੀ ਹੁਣ ਦੋ ਹੋ ਗਈਆਂ। ਮੈਨੂੰ ਤਾਂ ਉਹਨਾਂ ਨੇ ਘਰੋਂ ਕੱਢ ਰੱਖਿਆ ਜਮਾ, ਮੈਨੂੰ ਤਾਂ ਕੀ ਹੈ, ਪਹਿਲਾਂ ਮੈਂ ਡਿਊਟੀ ਤੋਂ ਤੇਰੇ ਸਾਹਮਣੇ ਆਈ ਸੀ, ਦੁਪਹਿਰੇ ਚ ਮਸਾਈ ਸੀ, ਮੇਰਾ ਸਿਰ ਮੱਚ ਗਿਆ ਧੁੱਪੇ, ਆਉਂਦਗੀ ਨੂੰ ਕੋਈ ਨਾ ਚੱਗਾ ਗਾਨੇ ਨਾ ਚਾਹ ਨਾ ਪਾਣੀ ਮਾਸੀ ਨੂੰ। ਮਾਸੀ ਕਹਿੰਦੀ ਐਂ ਕਰ ਪਹਿਲਾਂ ਚਾਹ ਲਿਆ ਕੁੜੇ, ਜੇ ਚਾਹ ਕਰਕੇ ਦੇਤੀ, ਚਾਹ ਦਾ ਕੱਪ ਫੜ ਲਿਆ, ਬਿਸਕੁਟ ਤੇ ਭੁਜੀਆ ਦਿੱਤੇ, ਕਹਿੰਦੀ ਇਹ ਤਾਂ ਕਰੜੇ ਆ ਭਾਈ, ਇਹ ਤਾਂ ਮੇਰੇ ਦੰਦ ਨੀ ਖਾਂਦੇ, ਮੋੜ ਕੇ ਲੈ ਜਾਣੀ ਮੈਨੂੰ ਤਾਂ ਪੋਲੇ ਜੀ ਬਿਸਕੁਟ ਲਿਆ ਦੇ। ਫਿਰ ਮੈਂ ਬਿਸਕੁਟ ਲਿਆ ਤੇ, ਬਿਸਕੁਟਾਂ ਚ ਕਹਿੰਦੀ ਇਹਨਾਂ ਚ ਤਾਂ ਮਿੱਠਾ ਵਾਲਾ, ਮੈਂ ਤਾਂ ਖਾਂਦੀ ਨੀ, ਮੈਨੂੰ ਤਾਂ ਦੂਜੇ ਲਿਆ ਕੇ ਦਿਓ। ਮੈਨੂੰ ਪੁੱਛਣਾ ਹੋਵੇ ਮਾਸੀ ਨੂੰ, ਇਹਦੀਆਂ ਨੂਹਾਂ ਨੂੰ ਕਿਹੜੀਆਂ ਡਬਲ ਰੋਟੀਆਂ ਦਿੰਦੀਆਂ ਰਹੀਆਂ, ਹੁਣ ਮੈਨੂੰ ਕੀ, ਤਾਂ ਮੈਂ ਕਿਹੜਾ ਦੇਖੀਆਂ ਵਿਚਾਰੀਆਂ ਡਬਲ ਰੋਟੀਆਂ ਦਿੰਦੀਆਂ ਕਿ ਕੀ, ਘਰੇ ਤੇ ਉਹ ਦਾਲ ਫੁਲਕਾ ਨਹੀਂ ਮਿਲਦਾ, ਇੱਥੇ ਆ ਕੇ ਇਹ ਥੋੜਾ ਜਿਹਾ ਉਹ ਕਰਦੀ ਹੈ। ਮੈਨੂੰ ਨੀ ਪਤਾ ਵੇਖ, ਫਿਰ ਮੈਨੂੰ ਕਹਿੰਦੀ ਭਾਈ ਮੈਂ ਤਾਂ ਕਹਿੰਦੀ ਆ ਖਾਂਦੀ ਨੀ, ਕਹਿੰਦੀ ਬਿਸਕੁਟ ਵੀ ਮਿੱਠੇ, ਐਂ ਕਰ ਕਹਿੰਦੀ ਮੈਨੂੰ ਤਾਂ ਸਬਜ਼ੀ ਬਣਾ ਕੇ ਰੋਟੀ ਲਿਆ ਦੇ। ਫਿਰ ਮੈਂ ਦੁਪਹਿਰੇ ਚ ਕੱਦੂ ਦੀ ਸਬਜ਼ੀ ਬਣਾਈ, ਜੇ ਗਗਨ ਨੂੰ ਆਖਿਆ ਨਾ ਲੱਗ ਜਾ, ਗਗਨ ਕਹਿੰਦੀ ਕਰ ਨਾ ਕਰ, ਕਹਿੰਦੀ ਤੈਨੂੰ ਕਿਹਾ ਮਾਸੀ ਨੇ ਮੈਨੂੰ ਕਿਹੜਾ ਕਿਹਾ, ਉਹ ਮਾਸੀ ਕੋਲੇ ਬਹਿ ਕੇ ਗੱਲਾਂ ਕਰਨ ਲੱਗ ਗਈ। ਉਹ ਮੈਂ ਤੈਨੂੰ ਕੀ ਦੱਸਾਂ ਹੁਣ, ਇਹ ਸਾਰਾ ਕੰਮ ਤਾਂ ਗਗਨੀ ਖਰਾਬ ਕਰਦੀ ਹੈ, ਉਹ ਤਾਂ ਮੈਨੂੰ ਪਤਾ ਹੀ ਹੈ। ਹਾਂ ਇਹ ਤਾਂ ਲਾਈ ਲੱਗਾ, ਮੇਰੀ ਭੈਣ ਤਾਂ ਲਾਈ ਲੱਗ, ਪਹਿਲਾਂ ਚਾਚੀ ਮਗਰ ਲੱਗੀ ਰਹੀ ਹੈ, ਹੁਣ ਮਾਸੀ ਮਗਰ ਲੱਗ ਗਈ। ਮੈਨੂੰ ਤਾਂ ਇਹ ਸੀ ਵੀ ਮਾਸੀ ਨੂੰ ਮੈਂ ਵਧੀਆ ਚੰਗਾ ਰੋਟੀ ਟੁੱਕ ਦੇ ਕੇ ਆਪਦੇ ਬੰਨੀ ਦੀ ਕਰ ਲੂੰਗੀ, ਮਾਸੀ ਤਾਂ ਪੈਰ ਤੇ ਪਾਣੀ ਨੀ ਪੈਣ ਦਿੰਦੀ, ਮਾਸੀ ਤਾਂ ਹਰੇਕ ਗੱਲ ਗਗਨ ਦੀ ਤਾਂ ਮੇਰ ਕਰਾਉਂਦੀ ਹੈ, ਮੇਰੀ ਤਾਂ ਹਰੇਕ ਗੱਲ ਵੱਢਵੀਂ ਕਰਦੀ ਹੈ। ਉਹ ਮੈਨੂੰ ਹੁਣ ਮੈਂ ਗੱਲਾਂ ਕਰਕੇ ਆਇਆ, ਤਾਂ ਹੀ ਮੈਂ ਅੰਦਰ ਵਾਹੀ ਸੀ, ਮੈਂ ਇੱਥੇ ਬਰਾਂਡੇ ਜੀ ਆਪਣੀ ਸਾਰੀਆਂ ਆਪਣੀਆਂ ਗੱਲਾਂ ਸੁਣੂ, ਕਹਿੰਦੀ ਮੈਂ ਤਾਂ ਭਾਈ ਸੁਧਾਰ ਕਰਕੇ ਜਾਊ ਨਾ। ਫਿਰ ਸੁਧਾਰ ਕੀ ਕਰੂਗੀ, ਹੋਰ ਗੱਲ ਸੁਣ ਲਾ, ਮੈਂ ਸਬਜ਼ੀ ਵੀ ਬਣਾ ਲਈ ਕੱਦੂ ਦੀ ਤੇ ਰੋਟੀ ਵੀ ਬਣਾ ਲਈ, ਜਦੋਂ ਮੈਂ ਸਬਜ਼ੀ ਸੁਬਜ਼ੀ ਪਾ ਕੇ ਘਿਓ ਪਾ ਕੇ ਰੋਟੀ ਲਿਜਾਣ ਲੱਗੀ, ਉਦੋਂ ਗਗਨ ਜਾ ਵੜੀ ਰਸੋਈ ਚ, ਗਗਨ ਕਹਿੰਦੀ ਸਬਜ਼ੀ ਤਾਂ ਖਾਂਦੀ ਨੀ ਮਾਸੀ, ਮਾਸੀ ਨੇ ਤਾਂ ਕਿਹਾ ਮੈਨੂੰ ਬਾਵਾ ਸਾਰਾ ਘਿਓ ਪਾ ਕੇ ਚੂਰੀ ਕੁੱਟ ਕੇ ਦੇ, ਕੌਲੀ ਕਿ ਉਹਦੀ ਤੱਤੀ ਕਰਕੇ ਉਹਨੇ ਚੂਰੀ ਕੁੱਟਦੀ। ਮੈਂ ਫਿਰ ਵੀ ਚੁੱਪ ਕਰ ਗਈ ਵੀ ਜਿਹੜਾ ਕੁਛ ਕਰ ਦੇਣਾ ਕਰੀ ਜਾਣ ਦੇ, ਭਾਵੇਂ ਘਿਓ ਡੋਲੀ ਜਾਣ, ਮੈਂ ਤਾਂ ਵੀ ਨੀ ਬੋਲਦੀ। ਹਰਪ੍ਰੀਤ ਮੇਰੀ ਗੱਲ ਸੁਣ ਲੈ, ਮੈਂ ਨਾ ਬੋਲਦਾ ਸੋਹਣਾ ਨੀ ਲੱਗਦਾ ਗਾ, ਉਹ ਮਸਾਂ ਦਾ ਮਾਸੀ ਆਈ ਹੈ, ਜੇ ਕਿਤੇ ਉਹਨੂੰ ਮੈਂ ਬੋਲ ਪਿਆ ਫਿਰ ਉਹ ਤਾਂ ਐਂ ਕਹੂਗੀ ਵੀ ਤਾਂ ਮਾਸਟਰ ਨੂੰ ਮਗਰ ਲੱਗ ਗਿਆ, ਮੈਨੂੰ ਤਾਂ 100-100 ਗੱਲਾਂ ਸੁਣਾਉਂਦੀ ਹੈ ਮਾਸੀ। ਉਹ ਫਿਰ ਮੈਂ ਕੀ ਕਰਾਂ ਹੁਣ, ਮੈਨੂੰ ਤਾਂ ਫਸਾ ਲਿਆ ਦੋਨਾਂ ਨੇ ਵਿਚਾਰੇ, ਮੈਂ ਤੈਨੂੰ ਦੱਸਾਂ ਗਗਨ ਨੂੰ ਤਾਂ ਮਾੜਾ ਮੋਟਾ ਲੋਟ ਕਰ ਹੀ ਲੈਂਦੇ ਸੀ, ਹੁਣ ਉਹ ਵੱਡੇ ਬੰਦੇ ਨੂੰ ਕੁਛ ਬੋਲ ਵੀ ਨਹੀਂ ਸਕਦੇ। ਮੇਰੀ ਗੱਲ ਸੁਣ, ਤੂੰ ਤਾਂ ਪੜ੍ਹੀ ਲਿਖੀ ਆ ਸਿਆਣੀ ਆ, ਮੈਂ ਤੇਰੇ ਨਾਲ ਆ, ਜੇ ਗਗਨ ਉਧਰ ਨਾਲ ਸੀਨੇ ਮੈਂ ਤੇਰੇ ਨਾਲ ਆ, ਤੇਰੇ ਨਾਲ ਕੰਮ ਤੁਹਾਡਾ ਸਾਰਾ ਕਰਾਇਆ ਕਰੂੰਗਾ। ਨਾਲ ਤਾਂ ਦੇਖ ਮੇਰੇ ਹੈਗਾ, ਜੇ ਇਦੋਂ ਬਾਅਦ ਮੈਨੂੰ ਤੰਗ ਕਰਿਆ ਨਾ, ਮੈਂ ਤਾਂ ਉਹਦਾ ਬੈਗ ਚੱਕ ਕੇ ਜਾਊਂਗੀ, ਮੈਂ ਤੈਨੂੰ ਦੱਸਿਆ ਮੇਰੀ ਤਾਂ ਜਲੰਧਰ ਦੀ ਬਦਲੀ ਹੋਈ ਪਈ ਹੈ। ਮੈਂ ਕਿਉਂ ਜਾਏਗੀ ਤੂੰ, ਹਾਂ ਮੇਰੀ ਗੱਲ ਸੁਣ, ਮੈਂ ਤਾਂ ਕਹਿ ਕੇ ਰੋਕ ਰੱਖੀ ਹੈ ਵੀ ਮੈਂ ਇੱਥੇ ਹੀ ਰਹਿਣਾ ਪਿੰਡ, ਤੇ ਜੇ ਮੈਂ ਮਾੜਾ ਜਿਹਾ ਕਹਿੰਦਾ ਇੱਕ ਵਾਰੀ ਇੱਕ ਫੋਨ ਕਰਨ ਦੀ ਦੇਰ ਹੈ, ਨਾਲ ਦੀ ਨਾ ਜਲੰਧਰ ਵੱਜੂ ਮੈਂ ਤਾਂ, ਤੂੰ ਫਿਰ ਐਂ ਕਰੀ ਉੱਥੇ ਜਲੰਧਰ ਹੀ ਆ ਜਾਈ ਤੂੰ, ਮੈਂ ਜਲੰਧਰ ਆ ਜਾ। ਆਹੋ ਤੇ ਖੇਤੀ ਦਾ ਕੀ ਕਰਾਂਗੇ ਦੱਸ, ਮੈਨੂੰ ਨਹੀਂ ਪਤਾ, ਉਹ ਤਾਂ ਗਗਨ ਨੂੰ ਪਤਾ ਹੋਊ, ਫਿਰ ਗਗਨ ਕਰ ਲੂਗੀ ਆਪੇ। ਉਹ ਮੇਰੀ ਗੱਲ ਸੁਣ ਲੈ, ਤੂੰ ਇੰਨਾ ਵੀ ਨਹੀਂ ਦੇਖੀ ਜਾਣੀ ਆ, ਆ ਮਾਸੀ ਬਣੀ ਅਰਬ ਬਣੀ, ਇਹ ਕਿੰਨੇ ਕੁ ਦਿਨ ਹੈ ਵਗ ਜੂ, ਤੂੰ ਮੇਰੇ ਬਣੀ ਤਾਂ ਮਾੜਾ ਮੋਟਾ ਸੋਚ, ਤੇਰੇ ਬਣੀ ਸੋਚ ਕੀ ਬੈਠੀ ਆ, ਤਾਂ ਹੀ ਗਰਮੀ ਚ ਪਈਆਂ, ਨਹੀਂ ਮੈਂ ਅੰਦਰ ਏਸੀ ਵਾਲੇ ਕਮਰੇ ਚ ਜਾਂ ਪੱਖੇ ਕੋਲੇ ਨਵੇਂ ਦੀ ਨਾ, ਉੱਥੇ ਮੈਨੂੰ ਬੈਠਣ ਵੀ ਦਿੰਦੀਆਂ, ਜੇ ਮੈਂ ਬਹਿਨੀ ਆ ਤਾਂ ਮਾਸੀ ਮੈਨੂੰ ਉਹਦੀ ਕਹਿੰਦੀ ਆ ਕੁੜੇ ਮੈਡਮ ਬਾਹਰ ਆ, ਇੱਥੇ ਅੰਦਰ ਕੀ ਕਰਦੀ ਆ। ਉਹ ਗਗਨ ਮੇਰੀ ਗੱਲ ਸੁਣ, ਫੌਜੀ ਸਾਹਿਬ ਹੋਰ ਵਾਲੇ ਇਹ ਆਪਦੇ ਘਰੇ ਵਗ ਜੂ, ਮਾਸੀ ਵਗ ਜੂ ਕਹਿ ਕੇ ਦੇਣਾ, ਤੇ ਮੈਂ ਜਾਂਦੀ ਜੁੰਦੀ ਨੀ ਮਾਸੀ, ਮਾਸੀ ਤਾਂ ਕਹਿੰਦੀ ਮੈਂ ਤਾਂ 3-4 ਮਹੀਨੇ ਲਾ ਕੇ ਜਾਊਂਗੀ, ਐ ਨੀ ਮਾਸੀ ਜਾਂਦੀ, 3-4 ਮਹੀਨੇ ਗੱਲਾਂ ਕਰੀ ਜਾਂਦੀਆਂ ਸੀ, 3-4 ਮਹੀਨੇ, ਹਾਂ ਮੇਰੀ ਗੱਲ ਸੁਣ ਲੈ, ਗਗਨ ਨਾਲ ਗੱਲਾਂ ਕਰੀ ਜਾਂਦੀ ਸੀ, ਗਗਨ ਮਾਸੀ ਨਾਲ ਗੱਲਾਂ ਕਰਦੀ ਮੈਂ ਸੁਣੀਏ, ਕਹਿੰਦੀ ਮਾਸੀ ਐ ਕਰੀ
ਇਹਦੇ ਸਾਰੇ ਬਲ ਕੱਢ ਕੇ ਜਾਈ ਕਹਿੰਦੀ ਮੈਨੂੰ ਇਹਨੇ ਤਪਾ ਰੱਖੇ ਕੀ ਤਪਾਇਆ ਮੈਂ ਗਗਨ ਅੱਛਾ ਗਗਨ ਐ ਕਹਿੰਦੀ ਹੈ ਅੱਛਾ ਸਾਰੀਆਂ ਗੱਲਾਂ ਗਗਨ ਦੱਸਦੀ ਹੈ ਸਾਰੀਆਂ ਦੱਸਦੀ ਹੈ ਮੇਰੀ ਗੱਲ ਸੁਣ ਲੈ ਤੂੰ ਤਾਂ 3-4 ਮਹੀਨੇ ਵੀ ਗੱਲ ਕਰਦੀ ਹੈ ਜੇ ਆਪਾਂ ਦੋਨਾਂ ਨੇ ਇਕੱਠਾ ਕਰ ਲਈਏ ਇੱਕ ਪਾਸੇ ਹੋਵੇ ਮਾਸੀ ਉਹ 3 ਦਿਨਾਂ ਚ ਦਵਾ ਲਵਾਂਗੇ 3 ਦਿਨਾਂ ਚ ਤੇਰੇ ਨਾਲ ਆਉਣਾ ਲੱਗਦਾ ਮਾਸੀ 3 ਦਿਨਾਂ ਚ ਜਾਊਗੀ ਤੈਨੂੰ ਡਰਨ ਦੀ ਲੋੜ ਨਹੀਂ ਹੈਗੀ ਜਾਂ ਫਿਰ ਪੁੱਛ ਕੇ ਦੇਖ ਲੈ ਨਾ ਤੂੰ ਕੀ ਹੁਣ ਮੈਂ ਮਾਸੀ ਨੂੰ ਐ ਕਹਿੰਦਾ ਵਗ ਜਾ ਆ ਵੀ ਤਾਂ ਕਹੀ ਜਾਂਦੇ ਕਿ ਮੈਂ 3 ਦਿਨਾਂ ਚ ਕੱਢ ਦੂੰ ਹੁਣ ਤੂੰ ਡਰ ਗਿਆ ਜਦੋਂ ਜਾਣੇ ਕੋਲੇ ਉਹ ਐ ਨਹੀਂ ਮੈਂ ਗੱਲ ਕਰਦਾ ਆਪਾਂ ਏਕਤਾ ਕਰਾਂਗੇ ਕਿਸੇ ਗੱਲ ਨਾ ਭੇਜਾਂਗੇ ਇਹਨੂੰ ਐ ਨਹੀਂ ਭੇਜਦੇ ਇਹਨੂੰ ਪਤਾ ਵੀ ਨਾ ਮੇਰੀ ਗੱਲ ਸੁਣੋ ਸੱਪ ਵੀ ਮਰ ਜੇ ਸੋਟੀ ਵੀ ਰਹਿ ਜੇ ਕੋਈ ਤਰੀਕੇ ਨਾਲ ਗੱਲ ਕਰਾਂਗੇ ਪੜ੍ਹੀ ਲਿਖੀ ਤੂੰ ਤਾਂ ਵੱਧ ਸਿਆਣਾ ਸੋਟੀ ਰੱਖ ਲਾ ਸੱਪ ਤਾਂ ਮਾਰ ਦੇ ਸੋਟੀ ਨੂੰ ਸਾਂਭੀ ਰੱਖ ਮੈਂ ਤੈਨੂੰ ਦੱਸਾਂ ਮੈਂ ਵਗ ਜੂੰਗੀ ਫਿਰ ਡਰੀ ਫਿਰ ਤੁਰਿਆ ਪਕਾਲੀਆਂ ਦੀਆਂ ਆਪੇ ਰੋਟੀਆਂ ਪਕਾ ਕੇ ਖਾ ਲਿਆ ਕਰੀ ਜੇ ਤੂੰ ਪਹਿਲਾਂ ਸੀ ਹੋ ਜੇ ਤੂੰ ਫਿਰ ਬਣ ਜਾਏਗਾ ਮੈਨੂੰ ਤੈਨੂੰ ਕੋਈ ਨਹੀਂ ਕੋਈ ਨਹੀਂ ਮੇਰੇ ਚ ਬਾਹਲਾ ਕੰਮ ਹੈ ਮੈਂ ਕਰਦਾ ਨਾ ਮੈਨੂੰ ਤਾਂ ਕਿਸੇ ਕੰਮ ਦੀ ਲੋੜ ਨਹੀਂ ਜੇ ਮਾੜਾ ਜਾਂ ਮੈਨੂੰ ਕੁਝ ਕਹਿਣ ਲੱਗੀ ਆ ਮੈਂ ਤਾਂ ਤੈਨੂੰ ਇੱਕ ਵਾਰੀ ਕਹਿਣਾ ਸੀ ਕਹਿਤਾ ਮੈਂ ਆਪਦਾ ਬੈਗ ਚੱਕੂਆਂ ਦੇ ਪਿੰਡ ਵਗ ਜੂ ਮੈਨੂੰ ਰੋਕੀ ਨਾ ਮੈਨੂੰ ਤਾਂ ਲੱਗਦਾ ਹੁਣ ਰਲ ਮਿਲ ਕੇ ਨਾ ਦੋਨੇ ਮਾਸੀ ਬਣ ਜੀ ਮੇਰਾ ਘੱਟ ਘਰ ਨੂੰ ਪੱਟ ਕੇ ਜਾਣਗੀਆਂ ਛੱਡਦੀਆਂ ਨਹੀਂ ਜਮਾਂ ਜੇ ਮਾਸਟਰ ਨਹੀਂ ਵਗ ਗਈ ਉਹ ਮੈਂ ਰਸ ਕੀ ਕਰੂੰਗਾ ਆਹਦਾ ਹੋਰ ਹੀ ਨਵੀਂ ਖੜਾ ਹੋ ਗਿਆ ਪੰਗਾ ਲੈ ਪਾਣੀ ਜਾ ਡੁੱਲ ਗਿਆ ਕਿੱਦਾਂ ਨਹੀਂ ਆਣੀ ਗਗਨ ਇਹ ਤਾਂ ਮਾਸੀ ਪਾਣੀ ਜਾ ਡੁੱਲ ਗਿਆ ਇਹ ਤਾਂ ਮੈਂ ਉਹ ਮਾਰਦੀ ਸੀ ਵਰਪਰ ਜਾ ਮਾ ਚਲ ਇੱਥੇ ਕੋਈ ਤੜਕ ਤੁੜਕ ਜਾਊਗਾ ਉਹ ਛੱਡ ਦੇ ਮਾਸਟਰ ਨੇ ਮਾਰ ਵਾਲ ਨਾ ਕੋਈ ਨਹੀਂ ਮਾਰ ਨਹੀਂ ਆ ਉਧਰ ਹੀ ਫਿਰਦੀ ਹੋ ਉਹ ਵੀ ਤੂੰ ਕੰਮ ਕਰਦੀ ਆ ਇਹ ਉਹ ਮਾਰ ਵਾਲ ਆ ਵੀ ਆ ਕਰ ਕੁੜੇ ਆ ਬਚਾਰਾ ਹਾਂ ਚਲਾਉਣੀ ਆ ਮੈਂ ਪੋਚਾ ਅੱਛਾ ਲਾ ਪੋਚਾ ਮੈਂ ਲਿਆ ਪਿਆ ਸੀ ਪਰ ਨਹੀਂ ਤੂੰ ਹੀ ਡੋਲੇ ਜਾਣ ਕੇ ਵੀ ਤੜਕ ਤੜਕ ਜੂਗੀ ਨਾ ਮੈਂ ਕਿੱਥੇ ਅੰਦਰ ਆ ਜਾ ਮੈਂ ਤਾਂ ਉੱਥੋਂ ਧੁੱਪੇ ਆਈਆਂ ਗਰਮੀ ਜਿਹਾ ਕਰੋ ਵੀ ਮੈਂ ਤਾਂ 2 ਮਿੰਟ ਆਰਾਮ ਕਰਨਾ ਤੁਸੀਂ ਬਾਹਰ ਜਾਓ ਦੋਨੇ ਜਾਣ ਅੱਛਾ ਅਸੀਂ ਹੁਣ ਅਸੀਂ ਤੂੰ ਸਾਨੂੰ ਬਾਹਰ ਕੱਢੇਂਗੀ ਸਿਖਾਏਂਗੀ ਤੂੰ ਬਾਹਰ ਨਿਕਲ ਇਥੋਂ ਖਬਰਦਾਰ ਹੋ ਜੀ ਕਮਰੇ ਦੇ ਬੜੇ ਨਿਕਲ ਚਲ ਆ ਮੈਂ ਚਲ ਮੈਂ ਤਾਂ ਬਾਹਰ ਚਲ ਮੈਂ ਵੱਡੀ ਮਾਸਟਰ ਨਹੀਂ ਆ ਗਈ ਇਹ ਫੋਨ ਕਰਾਂਗੇ ਤੇ ਖੜ ਜਾ ਕਰ ਖੜ ਜਾ ਭੱਜੀ ਜਾਂਦੇ ਹੁਣ ਖੜ ਜਾ ਆ ਜਾ ਮਾਸੀ ਇਹਨੂੰ ਹੁਣ ਅਪਲੋਡ ਕਰਾਂਗੇ ਇਹਨੂੰ ਪੂਰੇ ਆ ਵੱਖਰੀ ਸੋਚ ਚੈਨਲ ਦੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਇਹਦਾ ਅਗਲਾ ਐਪੀਸੋਡ ਜ਼ਰੂਰ ਦੇਖਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਗੁਰੂ ਕੀ ਬਾਣੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਵੱਖਰੀ ਸੋਚ ਚੈਨਲ ਤੇ ਜਿਨ੍ਹਾਂ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਆ ਅਸੀਂ ਨਾਮ ਬੋਲਣ ਜਾ ਰਹੇ ਹਾਂ ਗੁਰੂ ਕੀ ਬਾਣੀ ਚੈਨਲ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ ਰਾਮਗੜੀਆ ਰਤੀਆ ਹਰਿਆਣਾ ਇੰਦਰਜੀਤ ਸਿੰਘ ਥਰਾਜ ਮੋਗਾ ਕੈਨੇਡਾ ਅਮਰ ਸਿੰਘ ਪਟਿਆਲਾ ਮਨਜੀਤ ਕੌਰ ਆਸਟ ਘਨੌਰੀ ਕਲਾਂ ਮਲੇਰਕੋਟਲਾ ਸਰੋਜ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਰੇਖਾ ਸ਼ਰਮਾ ਦਰੁਬਿਕਾ ਸ਼ਰਮਾ ਨੈਤ ਸ਼ਰਮਾ ਸ਼ੇਰੂ ਬਲਵੰਤ ਸਿੰਘ ਸ਼ੇਰਗਿੱਲ ਕਰਮਜੀਤ ਕੌਰ ਸ਼ੇਰਗਿੱਲ ਜਗਤਾਰ ਸਿੰਘ ਸ਼ੇਰਗਿੱਲ ਸਿੱਧਵਾਂ ਬੇਟ ਜਗਰਾਓ ਆਇਸ਼ਾ ਭੁੱਲਰ ਮਹਿਸ਼ਾ ਭੁੱਲਰ ਜੁਗਰਾਜ ਭੁੱਲਰ ਦਰਬਾਰਾ ਸਲਾਰ ਭਗਵਾਨ ਦਾਸ ਸਿਮਰਨਪ੍ਰੀਤ ਕੌਰ ਫੱਲੇਵਾਲ ਰਵਿੰਦਰ ਕੌਰ ਗੜਸਾਣਾ ਮੰਡੀ ਬਲਜਿੰਦਰ ਸਿੰਘ ਦਰਸ਼ਨ ਸਿੰਘ ਨਵੀਂ ਮੰਡੀ ਗੜਸਾਣਾ ਰਾਜਸਥਾਨ ਅਨੀਤਾ ਰਾਣੀ ਜੀਤ ਕੌਰ ਧੀਮਾਨ ਬਠਿੰਡਾ ਹਰਵਿੰਦਰ ਕੌਰ ਰਾਮਾ ਮੰਡੀ ਜਲੰਧਰ ਵਿਜੇ ਲਕਸ਼ਮੀ ਡਾਕਟਰ ਰਣਜੀਤ ਸਿੰਘ ਖੰਗੂੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਈਸ਼ਾ ਰਾਜਨ
ਸ਼ਰਮਾ, ਜਸਜੀਤ ਸ਼ਰਮਾ ਸੇਖਾ ਬਰਨਾਲਾ, ਨਵੀਨ ਸਤੀਜਾ ਬਲਵੀਰ ਕੌਰ, ਜਿਨ੍ਹਾਂ ਵੀਰਾਂ ਅਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਹੈ, ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਵੀਰਾਂ ਅਤੇ ਭੈਣਾਂ ਦੇ ਨਾਮ ਬੋਲਣ ਵਾਲੀ ਉਹ ਰਹਿ ਗਏ, ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ। ਸਾਨੂੰ ਕਮੈਂਟ ਕਰਨ ਲਈ, ਸਾਨੂੰ ਸੁਝਾਅ ਦੇਣ ਲਈ, ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।